ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਹੁਣੇ ਗੁਰਸਿੱਖ ਪਿਆਰੇ ਨੇ ਬੇਨਤੀ ਕੀਤੀ ਆ, ਸੰਗਤ ਭਾਵੇਂ ਥੋੜ੍ਹੀ ਹੋਵੇ ਅਤੇ ਭਾਵੇਂ ਬਹੁਤੀ ਹੋਵੇ, ਇਸ ਕਰਕੇ ਤੁਸੀਂ ਨਾ ਖਿਆਲ ਕਰਿਆ ਜੇ ਮੈਂ ਸੇਵਾ ਪੂਰੀ ਕਰਨੀ ਹੈ। ਜਿਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਮੈਨੂੰ ਬਲ ਬਖਸ਼ਿਸ਼ ਕਰਦਾ, ਮੈਂ ਉਸੇ ਤਰ੍ਹਾਂ ਪੂਰੀ ਸੇਵਾ ਕਰਦਾ। ਇਹ ਨਹੀਂ ਵੇਖਦਾ ਵੀ ਸੰਗਤ ਥੋੜ੍ਹੀ ਹੈ ਜਾਂ ਬਹੁਤੀ ਹੈ। ਭੱਟਾਂ ਦੇ ਸਵੱਈਏ ਜਿਨ੍ਹਾਂ ਦਾ ਵਿਚਾਰ ਮੈਂ ਆਪ ਜੀ ਨਾਲ ਸਾਂਝਾ ਕਰਨਾ, ਭੱਟ ਹੈ ਕੌਣ, ਕਿੱਥੇ ਰਹਿੰਦੇ ਸਨ, ਇਹਨਾਂ ਦੀ ਬੰਸਾਵਲੀ ਕਿਸ ਢੰਗ ਨਾਲ ਹੈ, ਪਹਿਲੇ ਸਰਵਣ ਕਰੋ। ਜਿਹੜੇ ਭੱਟ ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹਾਂ ਦੀ ਬਾਣੀ ਦਰਜ ਹੈ, ਇਹ ਆਪਣਾ ਸੰਬੰਧ ਕੌਸ਼ਕ ਰਿਸ਼ੀ ਨਾਲ ਰੱਖਦੇ ਹਨ। ਕੌਸ਼ਕ ਰਿਸ਼ੀ ਦੇ ਉਸ ਸੰਤਾਨ ਵਿੱਚੋਂ ਇੱਕ ਭਾਗੀਰਥ ਤਪਾ ਹੋਇਆ ਜਿਸਦਾ ਨਾਂ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ। ਭਾਗੀਰਥ ਤਪੇ ਦੀ ਨੌਵੀਂ ਪੀੜ੍ਹੀ ਵਿੱਚੋਂ ਇੱਕ ਰਈਆ ਭੱਟ ਹੋਇਆ। ਰਈਏ ਭੱਟ ਦੇ 6 ਪੁੱਤਰ ਹੋਏ ਨੇ, ਭਿੱਖਾ, ਸੇਖਾ, ਤੋਖਾ, ਗੋਖਾ, ਚੋਖਾ ਅਤੇ ਟੋਡਾ। ਇਹਨਾਂ 6 ਵਿੱਚੋਂ ਟੋਡੇ ਦੀ ਕੋਈ ਸੰਤਾਨ ਨਹੀਂ ਹੋਈ, ਇਹਨਾਂ 5 ਦੀ ਸੰਤਾਨ ਹੋਈ ਹੈ ਅਤੇ ਉਹਨਾਂ ਨੇ ਹੀ ਗੁਰੂ ਸਾਹਿਬਾਨ ਦੀ ਉਸਤਤ ਕੀਤੀ ਹੈ। ਭਿੱਖਾ ਜਿਹੜਾ ਹੈ ਇਹਦੇ 3 ਪੁੱਤਰ ਹੋਏ ਨੇ, ਮਥੁਰਾ, ਜਾਲਪ ਅਤੇ ਕੀਰਤ। ਸੇਖੇ ਦੇ ਵੀ 3 ਪੁੱਤਰ ਹੋਏ ਨੇ, ਸਲ, ਪਲ ਅਤੇ ਨਲ। ਤੋਖੇ ਦਾ 1 ਪੁੱਤਰ ਹੋਇਆ ਜਿਹਦਾ ਨਾਂ ਸੀ ਬਲ। ਗੋਖੇ ਦਾ ਵੀ 1 ਪੁੱਤਰ ਹੋਇਆ ਜਿਹਦਾ ਨਾਂ ਸੀ ਗਿਆਂਦ, ਹਰਬੰਸ, ਜਿਹਦਾ ਨਾਂ ਸੀ ਹਰਬੰਸ। ਇਸੇ ਤਰ੍ਹਾਂ ਜਿਹੜਾ ਚੋਖਾ ਹੋਇਆ, 2 ਪੁੱਤਰ ਸਨ, ਕਲਸਹਾਰ ਅਤੇ ਗਿਆਂਦ। ਇਹਨਾਂ ਸਾਰਿਆਂ ਦੀ ਗਿਣਤੀ 10 ਬਣ ਜਾਂਦੀ ਅਤੇ ਮੁਖੀ ਭੱਟ ਇਹਨਾਂ ਦਾ ਭਿੱਖਾ 11। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 11 ਭੱਟਾਂ ਦੀ ਬਾਣੀ ਦਰਜ ਕੀਤੀ ਗਈ ਹੈ। ਇਹ 11 ਭੱਟਾਂ ਨੂੰ ਸ਼ਾਂਤੀ ਨਹੀਂ ਆਈ, 1 ਸਾਲ ਹੋ ਗਿਆ। ਮਨ ਦੀ ਸ਼ਾਂਤੀ ਵਾਸਤੇ ਉਹਨਾਂ ਵਿੱਚੋਂ ਮੁਖੀ ਭੱਟ ਭਿੱਖਾ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਕਹਿੰਦਾ, ਰਹਿਓ ਸੰਤ ਹੋ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸੀਓ ਮੁਖੋਂ ਇਹ ਪੰਡਤ ਮਿੱਠੇ, ਬਸ ਇੱਕ ਹੋ ਫਿਰਿਓ ਕਿਨੇ ਨੰਬਰ ਚੋਂ ਲਾਇਓ, ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ। ਭਿੱਖਾ ਭੱਟ ਕਹਿੰਦਾ 1 ਸਾਲ ਹੋ ਗਿਆ, ਇਹ ਹਿੰਦੁਸਤਾਨ ਦੇ ਮੰਦਰ, ਮੱਠ, ਸ਼ਿਵਦ ਵਾਲੇ, ਸਾਧਾਂ ਦੇ ਡੇਰੇ, ਸੰਤਾਂ ਦੇ ਡੇਰੇ, ਕੋਈ ਸ਼ਾਂਤੀ ਨਹੀਂ ਆਈ। ਜਿਹਦੇ ਕੋਲ ਵੀ ਗਏ ਹਾਂ ਉਹਨੇ ਇੱਕ ਗੱਲ ਆਖੀ ਹੈ ਕਿ ਪਹਿਲੇ ਮੇਰਾ ਚੇਲਾ ਬਣ ਜਾ ਅਤੇ ਫਿਰ ਤੈਨੂੰ ਗੁਰਮੰਤਰ ਦਿੰਦੇ ਹਾਂ। ਕਹਿੰਦਾ ਵੀ ਸ਼ਾਂਤੀ ਨਹੀਂ ਆਈ, ਧਿਆਨ ਰੱਖ। ਮਨ ਦੀ ਸ਼ਾਂਤੀ ਕਰਕੇ 1 ਸਾਲ ਭੱਟ ਕੇ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਅੰਤਿਮ ਸਮਾਂ ਗੋਂਦਵਾਲ ਸਾਹਿਬ ਜਾ ਕੇ ਹੋਇਆ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਗੋਂਦਵਾਲ ਸਾਹਿਬ ਦਸਤਾਰਬੰਦੀ ਹੋਣੀ ਸੀ, ਗੁਰਗੱਦੀ ਦਾ ਤਿਲਕ ਦੇਣਾ ਸੀ। ਬੜੀ ਦੁਨੀਆ ਆਈ, ਬਹੁਤ ਦੁਨੀਆ ਆ ਰਹੀ ਹੈ ਟੋਲੇ ਬੰਨ ਬੰਨ ਕੇ, ਅਤੇ ਇਹ ਵੀ ਲੱਭਦੇ ਫਿਰਦੇ ਨੇ ਵੀ ਕਿਤੋਂ ਸ਼ਾਂਤੀ ਮਿਲ ਜਾ। ਅਤੇ ਸ਼ਾਂਤੀ ਤਾਂ ਪੂਰੇ ਗੁਰੂ ਕੋਲੋਂ ਮਿਲੇਗੀ ਨਾ, ਜਿਹੜਾ ਪੂਰਾ ਹੀ ਨਹੀਂ ਹੈਗਾ ਉਹਦੇ ਕੋਲੋਂ ਕੀ ਮਿਲਣਾ। ਉਹਦੇ ਪੱਲੇ 'ਤੇ ਆਪ ਕੁਝ ਨਹੀਂ, ਉਹ 'ਤੇ ਆਪ ਮੰਗਤਾ ਹੈ। ਗੁਰੂ ਦਾਤਾ ਹੈ, ਅਸੀਂ ਉਸ ਗੁਰੂ ਦੇ ਸਿੱਖ ਹਾਂ ਜਿਹੜਾ ਦਾਤਾ ਹੈ,
ਅਤੇ ਦੁਨੀਆ ਦੇ ਕਿਸੇ ਗੋਸ਼ੇ ਵਿੱਚ ਚਲੇ ਜਾਓ, ਸਿੱਖ ਦਾਤਾ ਹੀ ਹੈ, ਇਹ ਮੰਗਤਾ ਕਦੇ ਨਹੀਂ ਬਣਿਆ। ਆਖੋ ਸਤਨਾਮ। ਸਾਰੀ ਦੁਨੀਆ ਦੇ ਮੈਂ ਚੱਕਰ ਜਿੰਨੇ ਕੋ ਲਾ ਸਕਿਆ, ਦੇਸ਼ਾਂ ਦੇ ਲਾਏ ਆ, ਉਹਨਾਂ ਦੇਸ਼ਾਂ ਦੇ ਲੋਕ ਤਾਂ ਮੰਗਦੇ ਨੇ, ਪਰ ਧੰਨ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ, ਜਿੱਥੇ ਤੇਰੀ ਉਮਤ, ਜਿੱਥੇ ਤੇਰੀ ਸੰਗਤ ਗਈ ਹੈ ਨਾ, ਇਹ ਦਾਨ ਹੀ ਕਰੀ ਜਾਂਦੀ ਹੈ, ਨਾ ਮੰਗਿਆ ਨਹੀਂ ਕਰੇ। ਜਿੱਥੋਂ ਤੱਕ ਮੈਂ ਸਟੱਡੀ ਕੀਤੀ ਹੈ 11-12 ਦੇਸ਼ਾਂ ਦੀ, ਇਹਨਾਂ ਨੇ ਨਹੀਂ ਕਦੇ ਮੰਗਿਆ, ਇਹ ਦਾਨੀ ਨੇ। ਕਾਰਨ ਕੀ ਹੈ? ਇੱਕ ਵਾਰੀ ਆਖੋ ਸਤਨਾਮ। ਸਤਿਗੁਰ ਮੇਰਾ ਬੇਮੋਹਤਾਜ, ਸਤਿਗੁਰ ਮੇਰੇ ਸਾਚਾ ਸਾਜ, ਸਤਿਗੁਰ ਮੇਰਾ ਸਦਸਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਦਾਤਾ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਗਾ ਸੇਵ। ਸਤਿਗੁਰ ਮੇਰਾ ਸਤਿਪਤਿ ਵਾਲੇ, ਸਤਿਗੁਰ ਮੇਰਾ ਮਾਰਜ ਵਾਲੇ, ਸਤਿਗੁਰ ਮੇਰੇ ਕੀ ਵਡਿਆਈ, ਪ੍ਰਗਟ ਭਈਆ ਸਭਨੀ ਡਾਈ, ਸਤਿਗੁਰ ਮੇਰਾ ਤਾਨ ਨਿਦਾਨ, ਸਤਿਗੁਰ ਮੇਰਾ ਕਰ ਦੀਬਾਨ, ਸਤਿਗੁਰ ਕਿਹੋ ਸਤ ਬਲ ਜਾਇਆ, ਪ੍ਰਗਟ ਮਹਾਂ ਜਿਨ ਗੁਰ ਦਿਖਲਾਇਆ, ਨਾਨਕ ਸੋਧੇ ਸਿਮਰਤ ਭੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਜੇ ਮੇਰਾ ਸਤਿਗੁਰ ਬੇਮੁਹਤਾਜ ਹੈ, ਉਹਦਾ ਸਿੱਖ ਕਿਵੇਂ ਮੰਗਤਾ ਹੋ ਸਕਦਾ? ਉਹ ਵੀ ਬੇਮੁਹਤਾਜ, ਬੇਪਰਵਾਹ। ਇੱਕ ਮੰਗਣਾ ਹੈ ਅਤੇ ਨਿਰੰਕਾਰ ਕੋਲੋਂ ਮੰਗੇਗਾ, ਕਿਸੇ ਬੰਦੇ ਕੋਲੋਂ ਕੁਝ ਨਹੀਂ ਮੰਗਦਾ। ਪੰਥ ਸਾਡਾ ਇਹ ਧਰਮ ਨਹੀਂ ਹੈ, ਧਿਆਨ ਰੱਖਣਾ। ਇਹ ਵੀ ਸੋਚ ਵਾਲੀ ਗੱਲ ਹੈ, ਕਈ ਕਹਿੰਦੇ ਸਿੱਖ ਧਰਮ, ਸਿੱਖ ਧਰਮ ਨਹੀਂ ਹੈ, ਪੰਥ ਹੈ। ਆਗਿਆ ਭਈ ਅਕਾਲ ਕੀ ਤਬੈ ਚਲਾਇਓ, ਪੰਥ ਧਰਮ ਨਹੀਂ ਚਲਾਇਆ। ਧਰਮ ਵਿੱਚ ਬ੍ਰਾਹਮਣ ਖੱਤਰੀ ਸ਼ੂਦ ਵੈਸ਼ ਇਹਦੀ ਪਰਿਭਾਸ਼ਾ ਲਿਖੀ ਹੁੰਦੀ ਧਰਮ ਵਿੱਚ, ਲੇਕਿਨ ਪੰਥ ਵਿੱਚ ਕੁਝ ਨਹੀਂ। ਪੰਥ ਵਿੱਚ ਇੱਕੋ ਹੀ ਚੀਜ਼ ਹੈ, ਮਾਨਸ ਕੀ ਜਾਤ ਸਭੈ ਏਕੈ ਪਹਿਚਾਨ। ਪੰਥ ਵਿੱਚ ਕੀ ਹੈ? ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਸ ਕਰਕੇ ਅਸੀਂ ਧਰਮ ਦੇ ਪੁਜਾਰੀ ਨਹੀਂ, ਅਸੀਂ ਪੰਥ ਨਿਰੰਕਾਰ ਦੇ ਪੁਜਾਰੀਆਂ। ਨਿਰੰਕਾਰ ਤੋਂ ਬਿਨਾਂ ਹੋਰ ਕਿਸੇ ਦੀ ਪੂਜਾ ਨਹੀਂ ਕਰਦੀ। ਵੈਸੇ ਗੀਤਾ ਵਿੱਚ ਵੀ ਲਿਖਿਆ, 9ਵਾਂ ਅਧਿਆਇ ਦੇ 5ਵੇਂ ਸਲੋਕ ਵਿੱਚ, ਪਰ ਅਸੀਂ ਮੰਨਣਾ ਥੋੜ੍ਹੀ ਨਾ, ਹਿੰਦੂ ਮੰਨਦੇ ਤਾਂ ਨਾ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਪਰਵਾਹ ਕਰਦੇ। ਅਰਜਨ ਨੇ ਪ੍ਰਸ਼ਨ ਕੀਤਾ, ਮਹਾਂਪ੍ਰਭੂ ਲੋਕ ਆਪਕੀ ਉਪਾਸ਼ਨਾ ਕੰਮ ਕਰਦੇ ਹੈ, ਦੇਵੀ ਦੇਵਤਾਓਂ ਕੀ ਅਧਿਕ ਕਰਦੇ ਹੈ, ਇਸਕਾ ਕਿਆ ਅਭਿਪ੍ਰਾਇ ਹੈ? ਸ਼੍ਰੀ ਕ੍ਰਿਸ਼ਨ ਜੀ ਨੇ 9ਵੇਂ ਅਧਿਆਇ ਵਿੱਚ 5ਵਾਂ ਸਲੋਕ ਉਚਾਰਨ ਕਰਕੇ ਸਭ ਖੰਡਨ ਕਰ ਦਿੱਤਾ। ਆਖਿਆ ਅਰਜਨ, ਯਾਂਤੀ ਦੇਵਤਾ ਦੇਵਾਨੀ ਪਿੱਤਰਯੰਤੀ ਪਿੱਤਰਤਾ ਭੂਤਾਨੀ, ਯਾਂਤੀ ਭੂਤੇਜਿਆ ਯਾਂਤੀ ਮਧਿਆਜਨ ਅਪੀਮਾ। ਅਰਜਨ, ਜਿਹੜੇ ਐ ਸਰੀਰ ਧਾਰਨ ਕਰਕੇ, ਆਖੋ ਸਤਨਾਮ। ਇਹ ਸਰੀਰ ਕੀ ਚੀਜ਼ ਹੈ? ਕਿ ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ। ਕਦੋਂ ਤੱਕ? ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਣੀ, ਭਜਲੇ ਰੇ ਮਨ ਸਾਰੰਗ ਪਾਣੀ, ਆਬਨਾ ਭਜਸ ਭਜਸ ਕਾ ਭਾਈ, ਆਵੈ ਅੰਤ ਨਾ ਭਜਿਆ ਜਾਏ। ਇਸ ਕਰਕੇ ਯਾਂਤੇ ਦੇਵਤਾ ਦੇਵਾਨੇ, ਜਿਹੜੇ ਬੰਦੇ ਐ ਸਰੀਰ ਧਾਰਨ ਕਰਕੇ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਨੇ ਅਰਜੁਨ, ਉਹ ਦੇਵੀ ਦੇਵਤਿਆਂ ਉੱਤੇ ਪ੍ਰਾਪਤ ਹੋ ਸਕਦੇ ਨੇ, ਪਰੰਤੂ ਉਹਨਾਂ ਨੂੰ ਈਸ਼ਵਰ ਦੇ ਦਰਸ਼ਨ ਕਦੇ ਹੋ ਹੀ ਨਹੀਂ ਸਕਦੇ। ਯਾਂਤੀ ਦੇਵਤਾ ਨੇ ਪਿੱਤਰ ਨਿਆਂਤੀ ਪਿੱਤਰਵਤਾ, ਜਿਹੜੇ ਐਂ ਸਰੀਰ ਧਾਰਨ ਕਰਕੇ ਮੋਇਆਂ ਦੀ ਪੂਜਾ ਕਰਦੇ ਨੇ ਪਿੱਤਰਾਂ ਦੀ, ਧਿਆਨ ਰੱਖਣਾ। ਅਸੀਂ ਵੀ ਕਰਦੇ ਹਾਂ, ਗਿਆਨੀ ਜੀ ਭਾਈਏ ਦਾ ਸਰਾ ਰਿਹਾ, ਬੇਬੇ ਦਾ ਸਰਾ ਰਿਹਾ, ਅੱਜ ਉਹਨਾਂ ਦੀ ਯਾਦ ਰੋਟੀ ਖਵਾਉਣੀ। ਬੰਦਾ ਪੁੱਛੇ ਸਿੱਖ ਕੀ ਅਤੇ ਸ਼ਰਾਧ ਕੀ, ਦੋਵੇਂ ਚੀਜ਼ਾਂ ਮੇਲ ਨਹੀਂ ਖਾਂਦੀਆਂ ਆਪਸ ਵਿੱਚ। ਪਿੱਤਰ ਨੇ ਅੰਤੀ ਪਿੱਤਰਵਤਾ, ਅਰਜਨ ਜਿਹੜੇ ਐ ਸਰੀਰ ਧਾਰਨ ਕਰਕੇ ਮੋਇਆਂ ਦੀ ਪੂਜਾ ਕਰਦੇ ਨੇ ਉਹਨਾਂ ਨੂੰ ਪ੍ਰਾਪਤ ਹੋ ਸਕਦੇ ਨੇ। ਜੇ ਪਿੱਤਰ ਨਾਲ ਖੋਤਾ ਬਣਿਆ, ਬਿੱਛੂ ਬਣਿਆ, ਠੂਹਾਂ ਬਣਿਆ, ਸੱਪ ਬਣਿਆ, ਕੁਝ ਹੋਰ ਬਣਿਆ, ਉਹਨੂੰ ਤਾਂ ਮਿਲ ਸਕਦੇ ਨੇ ਜਾ ਕੇ, ਪਰੰਤੂ ਈਸ਼ਵਰ ਦੇ ਦਰਸ਼ਨ ਨਹੀਂ ਹੋ ਸਕਦੇ। ਭੂਤਾਨੀ ਜਾਣਤੀ ਭੂਤੇ ਜੇ, ਜਿਹੜੇ ਆਦਮੀ ਐ ਸਰੀਰ ਧਾਰਨ ਕਰਕੇ ਭੂਤ ਪ੍ਰੇਤਾਂ ਦੀ ਪੂਜਾ ਕਰਦੇ ਨੇ ਉਹ ਬੰਦੇ ਭੂਤ ਪ੍ਰੇਤਾਂ ਤੇ ਮਿਲ ਸਕਦੇ ਨੇ ਅਰਜਨ, ਉਹਨਾਂ ਨੂੰ ਈਸ਼ਵਰ ਦੇ ਦਰਸ਼ਨ ਕਦੇ ਹੋ ਹੀ ਨਹੀਂ ਸਕਦੇ। ਮਹਾਂਪ੍ਰਭੂ
इसके ईश्वर के दर्शन के लिए क्या उपाय है। श्री कृष्ण जी कहने लगे, यान्ति मध्याजन अपीमा, अर्जुन ईश्वर की प्राप्ति के लिए ईश्वर की बंदगी करनी ही अनिवार्य है। महाप्रभु ये पितर पूजा आखिर है क्या चीज। श्री कृष्ण जी कहने लगे, सुन तन पितर पूजा की परिभाषा डेफिनेशन दसीए। ऋग्वेद चो मंत्र सुनाया, तिरपयंती तरपयंती येन पितरं तर्पणम, अपने जीवदे ध्यान रखना, मोया दी नहीं गल की, ऋग्वेद च लिखा है, अपने जीवदे माता पिता की सेवा करन, जिहड़ी उम्र विच जिहड़ी चीज़ मंगन उन्हों तुरंत देन, उहदे बच्चे उन्हों पितर पूजा कहिंदे ने। पढ़ो गुरबाणी, जीवत पितर न माने को मुए श्राद कराए। भाइया मर गया, गुरदे का लंगर खाँदा खाँदा बेबे भी मर गई बेचारी, पानी नहीं पुछता कोई, रोटी नहीं पुछता कोई, चाह नहीं पुछता, मर गई। गुरुद्वारे अखंड पाठ हर साल, अखंड पाठ हर साल, अखंड पाठ। ज्ञान जी करो अरदास, वो भैड़िया तू तो सेवा ही नहीं की जीवद्या की, साड़ी अरदास ने की बनन लगा। असी लखा असी को रब के एजेंट थोड़ी हाँ भी साड़ी गल जल्दी सुन लवेगा। जिहड़ा उन्हें काम किया वह कंपनसेशन वह फल उन्हों भोगना ही पैना, साड़ी अरदास ना की बनता, कुछ नहीं बनन लगा। सारी जिंदगी जो उन्हें चंगे कर्म नहीं किए उन्हों उसका फल भोगना ही पवेगा। श्री गुरु ग्रंथ साहब की बाणी, बिरखे हेठ सब जनती इकट्ठे, एक तत्ते एक बोलन मिठे, अस्त उदोत भया उठ चले ज्यों ज्यों और बिहानिया, पाप करे अंदर सर पर मुठे, अजरा ही फड़े फड़ कुठे, दोजक पाए सिरजन हारे लेखा मंगे बाणिया। कोई सुप्रीम पावर है जिहड़ी जीवात्मा को लेखा मंगदी है, तो लेखा देना ही पैना वे। इस करके हर प्यारे नूं जो संसार दे उत्ते आया है ना, इसे करके उन्हों सत्संग करनी है, इस करके उन्हों गुरु घर विच आना जरूरी नहीं बल्कि लाजमी है, आना ही है, क्योंकि सत्संग जिहड़ा ना ये साडा कंपलसरी सबजैक्ट ऑफ लाइफ, जीवन का सारियों तो जरूरी अंग है। जिहड़े बंदे सत्संग नहीं करते उन्हों की दशा होर किस्म की हो जाती है। यशन विद्या तपो न दान ज्ञान न शीन गुणों न धर्मा ते मृत्यु लोके भूवि भार भूता मानस रूप ने विकास चरंती। जिन्हों बंद ने धार्मिक विद्या नहीं पढ़ी, संगत बैठ के तप नहीं किया, स्वासा का दान नहीं दिता, गुरबाणी का ज्ञान ईश्वर का प्राप्त नहीं किया, अपने सुभा काम क्रोध लोह मोहंकार निंदा चुगली ईरखा दुई द्वैतो बाहर नहीं कढ़िया, ठंडा सुभा नहीं किया, गुणों ना धर्मा गुण ग्रहण नहीं किया, किसी को भी नहीं करता, कहता जो मैं पूछा तो मेरी बेइज्जती होगी, पुछता ही नहीं, गलत तो पढ़ी जाता बड़े शौक न पर पुछता कोई नहीं। इस कर कहता जे मैं पूछा तो मेरी बेइज्जती होगी, भी इनू आ कुछ नहीं, इन ये भी नहीं पता कि पुछ लेना वो कंगल मामूली रस्ता भुल जाए बंदा। वो छिया बंद को पुछता, भाई साहब मैं पतालंग जया जाना है, उतों तक कि सड़क जाती है, कितों कितों की जाव, कि रस्ता अगे आएगा, कि मोड़ आएगा, तो जिते जाके परमेश्वर नाल मिलाप होना है, जहाँ जित मुकाम ते परमेश्वर की बंदगी करनी है, बाणी पढ़नी है, उहदी पुछण विच कोई गुनाह नहीं, जरूर पुछ लिया करो। तो ये पट भी गुरु कीआं संगतां दे नाल पटकदे होए संगतां जा रही सन, तो वह इस भाव का शब्द पढ़दियां पर पईआं सन। दो वारी मैं बोलां तो तुसीं भी खुल के बोलिया जी, दर्शन देख जीवा गुरु तेरा, 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 पूर्ण कर्म होए प्रभ मेरा, पूर्ण कर्म होए प्रभ मेरा,
ਗੁਰੂ ਕੀਆਂ ਸੰਗਤਾਂ ਜਾ ਰਹੀਆਂ ਸਨ ਅਤੇ ਪਾਟੇ ਅੱਗੇ ਖਲੋ ਗਏ। ਕਹਿਣ ਲੱਗੇ, ਪਿਆਰਿਓ ਇਹੋ ਜਿਹਾ ਕੌਣ ਹੈ ਜਿਹਦੇ ਦਰਸ਼ਨ ਕੀਤਿਆਂ ਸਾਰੇ ਕੰਮ ਪੂਰੇ ਹੋ ਜਾਂਦੇ ਨੇ? ਕਹਿਣ ਲੱਗੇ, ਤੁਹਾਨੂੰ ਨਹੀਂ ਪਤਾ। ਉਹ ਕਹਿਣ ਲੱਗੇ, ਇੱਕ ਸਾਲ ਹੋ ਗਿਆ ਭਟਕਦਿਆਂ ਨੂੰ, ਮੰਦਰਾਂ ਵਿੱਚ, ਸ਼ਿਵ ਦੁਆਲਿਆਂ ਵਿੱਚ, ਮੱਠਾਂ ਵਿੱਚ, ਸੰਤਾਂ ਦੇ ਡੇਰਿਆਂ ਵਿੱਚ, ਜਿਹਦੇ ਕੋਲ ਗਏ ਮੇਰਾ ਚੇਲਾ ਬਣ ਜਾ, ਮੇਰੇ ਚੇਲੀ ਬਣ ਜਾ। ਉਹਨੇ ਹੋਰ ਤਾਂ ਕੁਝ ਆਖਿਆ ਹੀ ਨਹੀਂ, ਚੇਲੇ ਹੀ ਬਣਾਉਣ ਨੂੰ ਤਿਆਰ ਬੈਠੇ ਹੋਏ ਨੇ। ਧਨਾਸਰੀ ਰਾਗ ਪੜ੍ਹੋ। ਗੁਰੂ ਨਾਨਕ ਬਾਬਾ ਜੀ ਨੇ, ਸਤਿਗੁਰ ਸੱਚੇ ਪਾਤਸ਼ਾਹ ਨੇ, ਹਜ਼ਰਤ ਕਬੀ ਮੰਗਲ ਬਿਹਾਰ ਕਾਬੇ ਮਖਲੂਕਾਤ ਨੇ ਆਪਣੀ ਬਾਣੀ ਵਿੱਚ ਜ਼ਿਕਰ ਕੀਤਾ ਇਹ ਸੰਸਾਰ ਕੀ ਕਰਦਾ ਪਿਆ। ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਟੱਬ, ਥਾਂ ਨਿਸ਼ਟ ਜਗ ਭ੍ਰਿਸ਼ਟ ਹੋਏ ਡੂਬ ਤਾਂ ਵੀ ਜਗ। ਕਲ ਮੈਂ ਰਾਮ ਨਾਮ ਸਾਰ, ਅੱਖੀ ਤਾਂ ਮੀਟੇ ਨਾਕ ਪਕੜੇ ਠੱਗਣ ਕੋ ਸੰਸਾਰ, ਆਂਟ ਜ਼ੈਤੀ ਨਾਕ ਪਕੜੇ ਸੂਝ ਤੇ ਤਨ ਲੋ, ਮਗਰ ਬਾਛੇ ਕਛ ਨਾ ਸੂਝੈ ਇਹ ਪਦਮ ਅਲੋ, ਖੱਤਰੀਆਂ ਤਾਂ ਧਰਮ ਛੋਡਿਆ ਮਲੇ ਚ ਭਾਖਿਆ ਗਈ, ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ, ਅਸਤ ਸਾਜ ਸਾਜ ਪੁਰਾਣ ਸੋਧੈ ਕਰੇ ਬੇਦ ਅਭਿਆਸ, ਬਿਨ ਨਾਮ ਹਰ ਕੇ ਮੁਕਤ ਨਾਹੀ ਕਹੇ ਨਾਨਕ ਦਾਸ। ਨਾਮ ਤੋਂ ਬਿਨਾਂ ਇਸ ਦੀ ਮੁਕਤੀ ਨਹੀਂ ਹੋ ਸਕਦੀ। ਪ੍ਰਭੂ ਦੇ ਨਾਲ ਇਹਦਾ ਮਿਲਾਪ ਜਿਉਂਦਿਆਂ ਜੀ ਹੋਣ ਦਾ ਸਵਾਲ ਹੀ ਪੈਦਾ ਨਹੀਂ। ਭਗਤ ਨਾਮਦੇਵ ਜੀ ਕਹਿੰਦੇ, ਉਹ ਪ੍ਰਭੂ ਜੀ ਮੂਹੇ ਹੋਏ ਜੋ ਮੁਕਰ ਦਿਓਗੇ ਮੁਕਤ ਨਾ ਜਾਣੇ ਕੋਇਲ, ਮਰਨ ਪਿੱਛੋਂ ਮੁਕਰ ਦੀ ਦਿੱਤੀ ਨਾ ਅਤੇ ਕੋਈ ਸਵਾਦ ਥੋੜ੍ਹੀ ਹੈ, ਮੈਨੂੰ ਜੀਵਨ ਮੁਕਤ ਹੋਣਾ ਚਾਹੀਦਾ, ਮੈਂ ਮੋਇਆਂ ਦੀ ਗਤੀ ਨਹੀਂ ਚਾਹੁੰਦਾ, ਮੈਂ ਜੀਵਨ ਮੁਕਤ ਕਰਦੇ। ਇਹ ਉਹ ਬੰਦੇ ਕਹਿ ਸਕਦੇ ਨੇ ਜਿਹਨਾਂ ਨੂੰ ਆਪਣੇ ਪ੍ਰਭੂ ਉਸਦੇ ਪੂਰਨ ਵਿਸ਼ਵਾਸ ਹੋਵੇ ਕਿ ਮੇਰਾ ਪ੍ਰਭੂ ਜਿਹੜਾ ਨਾ ਉਹ ਮੇਰੇ ਨਾਲ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸਮਾਨ ਹੈ। ਅਤੇ ਸੰਗਤਾਂ ਦੇ ਨਾਲ ਤੁਰਨ ਦੀ ਜਦੋਂ ਉਹਨਾਂ ਨੇ ਇੱਛਾ ਪ੍ਰਗਟ ਕੀਤੀ, ਕਹਿਣ ਲੱਗੇ, ਭਾਈ ਇਹੋ ਜਿਹਾ ਗੁਰੂ ਪੂਰਨ ਕਰਮ ਹੋਏ ਪ੍ਰਭ, ਮੇਰਾ ਜੀਵਨ ਦਾ ਜਿਹੜਾ ਮਨੋਰਥ ਹੈ ਇਹ ਪੂਰਾ ਹੋ ਜਾਵੇ। ਐਸਾ ਤਾਂ ਸਾਨੂੰ ਹੁਣ ਤੱਕ ਮਿਲਿਆ ਨਹੀਂ, ਇੱਕ ਸਾਲ ਹੋ ਗਿਆ। ਰਹੋ ਸੰਤ ਹੋ ਟੋਲ ਸਾਧ ਬਹੁ ਤੇਰੇ ਡਿੱਠੇ, ਅਸੀਂ ਵੀ ਭਟਕੇ ਹੋਏ ਹਾਂ, ਸਾਨੂੰ ਪਤਾ ਹੀ ਕੋਈ ਨਹੀਂ। ਜ਼ਰਾ ਜਿਹਾ ਡਿਜ਼ਾਇਨ ਬਣਾ ਲਵੇ ਬੰਦਾ, ਦੋ ਚਾਰ ਚੇਲੇ ਚਿਲੀਆਂ ਨਾਲ ਰੱਖ ਲਵੇ, ਦੁਨੀਆ ਭੇਡਾਂ ਵਾਂਗ ਪਿੱਛੇ ਲੱਗ ਜਾਂਦੀ, ਉਹਨੂੰ ਇਹ ਪਤਾ ਹੀ ਨਹੀਂ। ਅਤੇ ਜੇ ਇਹ ਕੰਮ ਕਰਨਾ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇਣ ਦਾ ਮਤਲਬ ਕੀ ਸੀ? ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਇਸੇ ਕਰਕੇ ਦਿੱਤੀ ਗਈ ਕਿ ਕਲਯੁਗ ਦੇ ਜੀਵ ਬੁੱਧੀ ਕਰਕੇ ਕਮਜ਼ੋਰ ਹੋਣਗੇ, ਇਹ ਭਟਕ ਜਾਣਗੇ, ਤਾਂ ਕਿ ਇਹ ਗੁਰੂ ਅਕਾਲ ਪੁਰਖ ਵਾਹਿਗੁਰੂ ਜੁੜੇ ਰਹਿਣ, ਇਸ ਕਰਕੇ ਇਹਨੂੰ ਗੁਰਗੱਦੀ ਦਿੱਤੀ ਸੀ। ਉਹਦੀ ਪਰਿਭਾਸ਼ਾ ਸੰਤ ਦੀ, ਸਾਹਿਬ ਦੀ, ਦਸਵੇਂ ਪਾਤਸ਼ਾਹ ਲਿਖੀ ਹੈ, ਪਰ ਅਸੀਂ ਕੋਈ ਮੰਨਣੀ ਥੋੜ੍ਹੀ ਹੈ। ਦਸਵੇਂ ਪਾਤਸ਼ਾਹ ਲਿਖ ਗਿਆ ਹੋਵੇਗਾ, ਸਾਨੂੰ ਕੀ ਪਰਵਾਹ। ਦਸਵੇਂ ਪਾਤਸ਼ਾਹ ਨੇ ਆਖਿਆ ਸੀ, ਰਹਿਣੀ ਰਹੇ ਸੋਈ ਸਿੱਖ ਮੇਰਾ, ਫਿਰ ਉਹ ਸਾਹਿਬ ਮੈਂ ਉਸ ਕਾ ਚੇਰ। ਲਿਖ ਗਿਆ, ਵੇਖੀ ਜਾਏਗੀ, ਸਾਨੂੰ ਕੀ ਲੋੜ ਹੈ। ਉੱਥੇ ਹੀ ਕਹਿੰਦੇ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ, ਜੇ ਰਹਿਣੀ ਚੰਗੀ ਨਹੀਂ ਤਾਂ ਸਰੀਰ ਨਾਲ ਕੋਈ ਗੁਰੂ ਪਿਆਰ ਨਹੀਂ ਕਰਦਾ। ਧਿਆਨ ਰੱਖਣਾ, ਬਾਣੀ ਪੜ੍ਹਿਆ ਕਰ, ਜਿਸ ਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ, ਜੋ ਜਾਣੇ ਮੈਂ ਜੋਬਨਵੰਤ ਸੋ ਹੋਵਤ ਵਿਸ਼ਟਾ ਕਾ ਜੰਦ, ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋਜੋਨ ਭਰਮਾਵੈ, ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਅਗਿਆਨ, ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੈ, ਨਾਨਕ ਇਹਾਂ ਮੁਕਤ ਆ ਗਏ ਸੁਖ ਪਾਵੈ। ਇਸ ਕਰਕੇ ਸਰੀਰ ਨਾਲ ਕਦੇ ਕੋਈ ਪਿਆਰ ਨਹੀਂ ਜੇ ਕਰਦਾ, ਧਿਆਨ ਰੱਖਣਾ। ਪਿਆਰ ਮਨ ਕਰਕੇ ਕੀਤੀ ਹੋਈ ਬੰਦਗੀ ਨਾਲ ਹੀ ਹੋ ਸਕਦਾ, ਜਿਵੇਂ ਗੁਰੂ ਨਾਨਕ ਸੱਚੇ ਪਾਤਸ਼ਾਹ ਭਾਈ ਲਾਲੋ ਦੇ ਘਰ ਗਏ। ਉਹ ਬਹੁਤਾ ਸੁਨੱਖਾ, ਸੋਹਣਾ ਅਤੇ ਅਮੀਰ ਸੀ ਨਾ, ਬੰਦਗੀ ਵਾਲਾ, ਦਸਾਂ ਨਵਾਂ ਦੀ ਕਿਰਤ ਕਰਨ ਵਾਲਾ ਸੀ। ਇਸ ਕਰਕੇ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਮਤੰਗ ਰਿਸ਼ੀ ਦੇ ਆਸ਼ਰਮ ਵਿੱਚ ਨਹੀਂ ਗਏ, ਬੜੇ ਬੜੇ ਰਿਸ਼ੀ ਮੁਨੀ ਉੱਥੇ ਨਹੀਂ ਗਏ, ਉਹ ਸ਼ਿਵਰੀ ਭੀਲਣੀ ਦੇ ਕੋਲ ਗਏ, ਆਸ਼ਰਮ 'ਚ ਨਹੀਂ ਗਏ। ਬੜੇ ਬੜੇ ਵਿਦਵਾਨ ਉੱਥੇ ਮਹਾਂਪੁਰਸ਼ ਹੈਗੇ ਸਨ, ਗਏ ਹੀ ਨਹੀਂ ਉੱਥੇ, ਕਿਉਂਕਿ ਹੰਕਾਰੀ ਸਨ। ਸ਼ਿਵਰੀ ਭੀਲਣੀ ਦੇ ਕੋਲ ਗਏ। ਇਸੇ ਕਾਰਨ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ
ਉਹਨਾਂ ਹੰਕਾਰੀਆਂ ਕੋਲ ਨਹੀਂ ਗਏ, ਦੁਸ਼ਾਸਨ ਦੁਰਯੋਧਨ ਕੋਲ ਉਹ ਗਏ ਅਤੇ ਬਿਦਰ ਜੀ ਦੇ ਕੋਲ ਗਏ, ਕਿਉਂਕਿ ਬਿਦਰ ਜੀ ਨੇਕ ਬਖਤ ਦਸਾਂ ਨੌਵਾਂ ਦੀ ਕਿਰਤ ਕਰਨ ਵਾਲਾ ਸੀ। ਅਤੇ ਉੱਥੇ ਹੀ ਉਹਨਾਂ ਆਖਿਆ, ਬਿਦਰ ਜੀ ਪੜ੍ਹੋ ਗੁਰਬਾਣੀ, ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰੈਨ ਬਿਹਾਰੀ। ਕਿਆ ਬਾਤ ਹੈ! ਲੈ ਹੁਣ ਕੇ ਸਾਧ ਨੂੰ ਲੂਣ ਮਿਰਚਾਂ ਤੋਂ ਬਿਨਾਂ ਉਹਨੂੰ ਸਾਗ ਰੱਖ ਕੇ ਦੇਖਣ ਕੀ ਹਾਲ ਕਰਦੇ ਨੇ। ਸੰਤ ਦੇ ਚੇਲੇ ਹੀ ਕੁੱਟ ਕੁੱਟ ਕੇ ਨਾ ਐਂ ਡਰਾਈ ਕਲੀਨ ਕਰ ਛੱਡਣਗੇ ਬੰਦੇ ਨੂੰ। ਇਹ ਤਾਂ ਗੁਰੂ ਨਾਨਕ ਹੀ ਸੀ ਜਿਸ ਨੇ ਮੱਡਲ ਦੀ ਰੋਟੀ ਖਾਧੀ ਮੌਸਮ ਦੇ ਹਿਸਾਬ ਨਾਲ। ਸਾਗ ਅਤੇ ਮੱਡਲ, ਮੱਡਲ ਇੱਕ ਐਸੀ ਐਸਾ ਪਦਾਰਥ ਹੈ ਜਿਹਦਾ ਰੰਗ ਬੜਾ ਕਾਲਾ ਹੁੰਦਾ, ਉਹਦਾ ਆਟਾ ਬੜਾ ਕਾਲਾ ਹੁੰਦਾ, ਲੇਕਿਨ ਸ਼ਕਤੀਸ਼ਾਲੀ ਬਹੁਤ ਹੁੰਦਾ। ਮੱਡਲ ਦੀ ਰੋਟੀ ਜੇ ਤੁਸੀਂ ਬਣਦੀ ਬਣਦੀ ਖਾ ਲਓ ਗਰਮ ਗਰਮ, ਫਿਰ ਤਾਂ ਬੰਦਾ ਖਾ ਸਕਦਾ। ਜੇ ਘੰਟਾ ਲੰਘ ਜਾਏ ਤਾਂ ਫਿਰ ਬਾਤੀਆਂ ਪਾਉਂਦੇ ਹੁੰਦਾ, ਫਿਰ ਖਾਣਾ ਔਖਾ ਹੋ ਜਾਂਦਾ, ਅਤੇ ਤਾਕਤਵਰ ਬੜਾ ਹੈ। ਇਸ ਕਰਕੇ ਗੁਰੂ ਕੇ ਪਿਆਰਿਓ, ਆਪਣਾ ਮਨ ਨੂੰ ਨੀਵਾਂ, ਗੁਰਸਿੱਖਾਂ ਦਾ ਮਨ ਨੀਵਾਂ ਅਤੇ ਮਤ ਉੱਚੀ। ਜਿਸ ਵੇਲੇ ਪੜ ਗੁਰੂ ਦੀਆਂ ਸੰਗਤਾਂ ਨਾਲ ਤੁਰੇ ਜਾ ਰਹੇ ਨੇ ਅਤੇ ਸੰਗਤਾਂ ਪੜ੍ਹਦੀਆਂ ਜਾ ਰਹੀਆਂ ਨੇ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਪੜ੍ਹਦੇ ਅਸੀਂ ਆਪਣੇ ਸਾਥੀਆਂ ਦੇ ਨਾਲ, ਗੋਂਦਵਾਲ ਸਾਹਿਬ ਪ੍ਰਿਥੀ ਚੰਦ ਵੀ ਗਿਆ ਜੋ ਸਾਰਿਆਂ ਤੋਂ ਵੱਡਾ ਭਰਾ ਸੀ, ਉਹ ਵੀ ਆਪਣੇ ਬੰਦੇ ਲੈ ਕੇ ਗਿਆ, ਇਹ ਵੀ ਪਹੁੰਚ ਗਏ। ਗੁਰਸਿੱਖਾਂ ਨੇ ਮੱਥਾ ਟੇਕਿਆ ਅਤੇ ਬੈਠ ਗਏ। ਜਦੋਂ ਭੱਟਾਂ ਨੇ ਦਰਸ਼ਨ ਕੀਤਾ ਨਾ ਗੁਰੂ ਕੇ ਪਿਆਰੇ, ਉਹ ਦੇਖਦੇ ਦੇਖਦੇ ਹੀ ਰਹਿ ਗਏ। ਇਹ ਬੈਠੇ ਨਹੀਂ ਹੈ, ਪੱਟ ਖਲੋਤੇ ਰਹਿ, ਗਿਆਰਾਂ ਦੇ ਗਿਆਰਾਂ ਪੱਟ ਖਲੋਤੇ ਹੀ ਰਹਿ। ਉਹਨਾਂ ਦੀ ਬੈਠਣ ਦੀ ਸੁਰਧੀ ਭੁੱਲ ਗਈ ਉਹਨਾਂ ਨੂੰ, ਕਹਿਣ ਲੱਗੇ ਬੈਠੀਏ ਕਿੱਥੇ? ਇੱਥੇ ਤਾਂ ਅੱਜ ਪਹਿਲੀ ਵਾਰੀ ਜ਼ਿੰਦਗੀ ਵਿੱਚ ਕਿਸੇ ਪਰਿਪੂਰਨ ਪੁਰਖ ਦੇ ਦਰਸ਼ਨ ਕੀਤੇ ਨੇ, ਉਹ ਬਹਿਣ ਜੋਗੇ ਹੀ ਨਾ ਰਹਿ, ਖਲੋਤੇ ਹੀ ਰਹਿ। ਆਪ ਰੋਜ਼ ਟੀ ਵੀ 'ਤੇ ਵੇਖਦੇ ਹੋਵੋਗੇ ਹਰਿਮੰਦਰ ਸਾਹਿਬ ਅੰਮ੍ਰਿਤ ਵੇਲੇ ਗੁਰੂ ਕੇ ਸਿੱਖ ਜਦੋਂ ਪੱਟਾਂ ਦੇ ਸਵੱਈਏ ਬੋਲਦੇ ਨੇ, ਬਹਿ ਕੇ ਨਹੀਂ ਬੋਲਦੇ, ਖਲੋ ਕੇ ਬੋਲਦੇ ਆ। ਇਹ ਸਾਡੀ ਪੁਰਾਤਨ ਮਰਿਆਦਾ ਹੈ। ਇਸ ਕਰਕੇ ਜਿੰਨੇ ਪੱਟ ਸਨ ਖਲੋਤੇ ਹੀ ਰਹਿ, ਉਹਨਾਂ ਦੀ ਚਲਾਈ ਹੋਈ ਪਰੰਪਰਾ ਦੇ ਅਨੁਕੂਲ ਪੱਟਾਂ ਦੇ ਸਵੱਈਏ ਖਲੋ ਕੇ ਹੀ ਪੜ੍ਹੇ ਜਾਂਦੇ ਨੇ। ਜਿਸ ਵੇਲੇ ਦਸਤਾਰਬੰਦੀ ਹੋਣੀ ਸੀ, ਬਾਬਾ ਬੁੱਢਾ ਜੀ ਉੱਠੇ ਦਸਤਾਰ ਲਈ, ਬ੍ਰਹਮ ਗਿਆਨੀ ਬੜੇ ਵੱਡੇ ਮਹਾਂਪੁਰਸ਼ ਹੋਏ ਨੇ, ਕੁਤਬੀ ਸਿਤਾਰੇ ਸਿੱਖ ਪੰਥ ਵਿੱਚ। ਬਾਬਾ ਬੁੱਢਾ ਜੀ ਕਹਿਣ ਲੱਗੇ, ਸੋਢੀ ਕੁੱਲ ਦੇ ਕੁੱਲ ਭੂਸ਼ਣ ਬਾਬਾ ਪ੍ਰਿਥੀ ਚੰਦ ਜੀ ਨੂੰ ਇਹ ਦਸਤਾਰਬੰਦੀ ਕਰਾਈ ਜੀ। ਕੁੱਲ ਦੇ ਕੁੱਲ ਭੂਸ਼ਣ, ਧਿਆਨ ਰੱਖਣਾ, ਅੱਖਰਾਂ ਵੱਲ ਧਿਆਨ ਰੱਖਿਆ ਕਰੋ। ਕੁੱਲ ਦੇ ਕੁੱਲ ਭੂਸ਼ਣ ਬਾਬਾ ਪ੍ਰਿਥੀ ਚੰਦ ਨੂੰ ਇਹ ਦਸਤਾਰ ਬਣਾਈ ਜਾਵੇਗੀ। ਬੜਾ ਖੁਸ਼ ਹੋਇਆ, ਲੈ ਹੁਣ ਗੱਦੀ ਤਾਂ ਮੇਰੇ ਕੋਲ ਆਈ ਕਿ ਆਈ ਸਮਝ ਲੈ, ਲੇਕਿਨ ਅੱਖਰਾਂ ਵੱਲ ਵਿਚਾਰ ਨਹੀਂ ਕੀਤਾ, ਉੱਠਿਆ ਬਹਿ ਗਿਆ। ਬਾਬਾ ਬੁੱਢਾ ਜੀ ਨੇ ਦਸਤਾਰਬੰਦੀ ਕੀਤੀ, ਗੱਲ 'ਚ ਸਾਫਾ ਪਾਤਾ, ਆਖਿਆ ਜੀ ਇਹ ਸੋਢੀ ਕੁੱਲ ਦੇ ਕੁੱਲ ਭੂਸ਼ਣ ਹਨ। ਬੜਾ ਖੁਸ਼ ਭਾਈ, ਗੁਰਗੱਦੀ ਹੁਣ ਮੈਨੂੰ ਮਿਲੀ ਕਿ ਮਿਲੀ, ਮੈਂ ਤਾਂ ਵਾਰਸ ਬਣ ਗਿਆ। ਬਾਬਾ ਬੁੱਢਾ ਜੀ ਫਿਰ ਉੱਠੇ, ਇੱਕ ਹੋਰ ਦਸਤਾਰ ਹੱਥ 'ਚ ਲਿਆ, ਆਖਿਆ ਸਾਧ ਸੰਗਤ ਜੀ, ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਚਲਾਈ ਹੋਈ ਜਿਹੜੀ ਗੁਰਗੱਦੀ ਹੈ ਨਾ, ਉਸ ਦਾ ਵਾਰਸ ਪੰਜਵੇਂ ਸਰੂਪ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਥੇ ਹਾਜ਼ਰ ਹਨ। ਅੱਜ ਉਹਨਾਂ ਨੂੰ ਗੁਰੂ ਨਾਨਕ ਦੀ ਗੁਰਗੱਦੀ ਦਾ ਵਾਰਸ, ਪੰਜਵਾਂ ਗੁਰੂ ਨਾਨਕ ਬਣਾ ਕੇ ਤਖ਼ਤ 'ਤੇ ਬਿਠਾਇਆ ਜਾਏਗਾ। ਅਤੇ ਬਾਬਾ ਬੁੱਢਾ ਜੀ ਨੇ ਗੁਰਗੱਦੀ ਦਾ ਤਿਲਕ ਦਿੱਤਾ, ਕੁੱਲ ਦਾ ਨਹੀਂ ਦਿੱਤਾ, ਧਿਆਨ ਰੱਖਣਾ, ਗੁਰਗੱਦੀ ਦਾ ਤਿਲਕ ਦੇ ਕੇ ਸਾਰੀਆਂ ਸੰਗਤਾਂ ਨੂੰ ਆਖਿਆ, ਸਾਧ ਸੰਗਤ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹਨ, ਇਸ ਕਰਕੇ ਇਹਨਾਂ ਨੂੰ ਅੱਜ ਤਿਲਕ ਦਿੱਤਾ ਜਾਏਗਾ। ਤਿਲਕ ਦੇ ਕੇ ਵਾਰਸ ਬਣਾਇਆ, ਐਵੇਂ ਨਹੀਂ। ਗੁਰੂ ਚੌਥੇ ਪਾਤਸ਼ਾਹ ਭੱਟ ਕਹਿੰਦੇ ਨੇ ਕਿ ਗੁਰੂ ਰਾਮਦਾਸ ਸੋਢੀ ਸੁਲਤਾਨ, ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਇਓ, ਹਰ ਸਿੰਘਾਸਨ ਦਿਓ ਸ੍ਰੀ ਗੁਰੂ ਦੇ ਬੈਠਾਇਓ, ਰਹਿਸ ਕੀਓ ਸੁਰਦੇਵ ਤੋਏ ਜਸ ਜੈ ਜੈ ਜੰਪੈ, ਅਸਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪੇ, ਕਾਟੇ ਸੋ ਪਾਪ ਤਿਨ ਨਰੂ ਕੇ, ਗੁਰੂ ਰਾਮਦਾਸ ਜਿਨ ਪਾਇਓ, ਛਤਰ ਸਿੰਘਾਸਨ ਪ੍ਰਿਸਤ ਮਈ ਗੁਰ ਅਰਜੁਨ ਕਉ ਦਇਆਇਓ। ਅਰਜੁਨ ਹੀ ਅੱਖਰ ਸੰਸਕ੍ਰਿਤ ਭਾਸ਼ਾ ਦਾ,
ਜਿਹਦੇ ਜੱਜੇ ਥੱਲੇ ਔਂਕੜ ਲਾ ਕੇ ਬੋਲਿਆ ਜਾਂਦਾ। ਜਿਵੇਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਠਨ ਪਾਠਨ ਕਰੀਏ, ਇਹਦੇ 'ਚ ਅੱਖਰ ਆਉਂਦਾ ਇੱਕ ਠਾਕਰ, ਇੱਕ ਠਾਕਰ ਅੱਖਰ ਨਹੀਂ ਬੋਲਿਆ ਜਾਂਦਾ, ਕੱਕੇ ਥੱਲੇ ਔਂਕੜ ਦੀ ਮਾਤਰਾ ਹੈ, ਇਹਨੂੰ ਠਾਕੁਰ ਕਰਕੇ ਬੋਲਣਾ, ਠਾਕਰ ਕੋਈ ਅੱਖਰ ਨਹੀਂ, ਧਿਆਨ ਰੱਖਣਾ। ਇਸੇ ਤਰ੍ਹਾਂ ਅਰਜੁਨ ਕੋਈ ਅੱਖਰ ਨਹੀਂ, ਅਰਜੁਨ ਅੱਖਰ ਬੋਲਣਾ। ਅਰਜਨ ਸੁਣ ਸੁਦਾਸਨ ਕੋ ਦਾਨ ਦੇਤ ਮੋਹ ਕੇ ਬੇਦਾਰ ਬੇ ਕੋ ਬਾਕ ਸਰ। ਅਰਜਨ ਅਰਜਨ ਜਸ ਬੇਸਤੀਰਨ ਸੰਤੋਖ ਸਿੰਘ, ਜਹਾਂ ਤਹਾਂ ਜਾਣੇ ਤਾਂ ਮਾਨੋ ਤਰੂ ਅਰਜਨ। ਅਰਿਜਨ ਭੈ ਗਨ ਮੋਖ ਪਦ ਲੈ ਧਨ, ਸ਼ਿਆਮ ਘਨ ਤਨ ਬਹਿ ਤੋਰੇ ਯਮਲਾਰਜਨ। ਅਰਜਨਾ ਜਾਣੇ ਹੋ ਜਾਏ ਕਿ ਤੋ ਹੈ ਬਿਥਾ ਤੇਰੋ, ਐਸੋ ਰੂਪ ਧਾਰ ਆਏ ਸ੍ਰੀ ਗੁਰੂ ਅਰਜੁਨ ਆਖੋ। ਇਸ ਕਰਕੇ ਗੁਰਗੱਦੀ ਦਾ ਵਾਰਸ ਬਣਾ ਕੇ ਤਖ਼ਤ 'ਤੇ ਬਿਠਾਇਆ ਅਤੇ ਪੱਟ ਖਲੋਤੇ ਹੀ ਹੋਏ ਨੇ। ਸੰਗਤਾਂ ਨੂੰ ਅਰਦਾਸ ਹੋਣ ਤੋਂ ਮਗਰੋਂ ਵਿਦਾਇਗੀ ਮਿਲੀ, ਸੰਗਤਾਂ ਜਾ ਰਹੀਆਂ ਜਾ ਰਹੀਆਂ, ਇਹ ਖਲੋਟੇ ਸਾਰੀ ਸੰਗਤ ਬੈਠੀ ਆ, ਇਹ ਕਿਉਂ ਖਲੋਟੇ ਨੇ? ਗੁਰੂ ਅਰਜਨ ਦੇਵ ਜੀ ਨੇ ਆਪਣੇ ਕੋਲ ਬੁਲਾਇਆ, ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਨਮੁਖ ਜਾ ਕੇ ਖਲੋ ਗਏ, ਫਿਰ ਵੀ ਖਲੋਤੇ ਨੇ ਬੈਠੇ ਕੋਈ। ਅੰਤਰਯਾਮੀ ਪਿਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹਨਾਂ ਦੀ ਅੰਤਰ ਆਤਮਾ ਨੂੰ ਸਮਝਿਆ, ਸਮਝ ਕੇ ਆਖਿਆ ਇਹ ਪੱਟ ਜਾਣੋ ਵੱਡ ਭਾਗੀ ਆ, ਗੁਰੂ ਨਾਨਕ ਦੇ ਨਾਲ ਜੁੜ ਗਏ ਹੋ। ਮੇਰੇ ਨਾਲ ਨਹੀਂ, ਦੇਖੋ ਭਾਸ਼ਾ ਸਮਝਣ ਵਾਲੀ ਗੱਲ ਹੈ, ਮੇਰੇ ਨਾਲ ਨੇ, ਜਿੱਥੇ ਮੈਂ ਆ ਜਾਏ ਤਾਂ ਬੱਲੇ ਹੀ ਕੱਖ ਨਹੀਂ ਰਹਿੰਦਾ। ਗੁਰੂ ਨਾਨਕ ਨਾਲ ਜੁੜ ਗਏ ਹੋ, ਬੜੇ ਵੱਡੇ ਭਾਗੀ ਹੋ। ਇਸ ਤਰ੍ਹਾਂ ਕਰੋ ਭਾਈ, ਉਸਤਤ ਕਰੋ ਗੁਰੂ ਸਾਹਿਬਾਨ ਦੇ। ਉਹਨਾਂ ਪ੍ਰਸ਼ਨ ਕੀਤਾ, ਮਹਾਂਪ੍ਰਭੂ ਅਸਾਂ ਤਾਂ ਦਰਸ਼ਨ ਤੁਹਾਡੇ ਹੀ ਕੀਤੇ ਨੇ, ਪਹਿਲੇ ਗੁਰਵਿਅਕਤੀਆਂ ਦੇ ਦਰਸ਼ਨ ਨਹੀਂ ਕੀਤੇ, ਅਤੇ ਉਪਮਾ ਕਿਵੇਂ ਕਰੀਏ? ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੀ ਆਤਮਿਕ ਸ਼ਕਤੀ ਨਾਲ ਇਹਨਾਂ ਪੱਟਾਂ ਨੂੰ ਚਾਰ ਗੁਰੂ ਸਾਹਿਬਾਨ ਦੇ ਦਰਸ਼ਨ ਕਰਵਾਏ। ਆਖੋ ਸਤਨਾਮ। ਸੋ ਮੂੰਹ ਜਲੇ ਜੋ ਕਹਿ ਠਾਕੁਰ ਜੋਨੀ, ਗੁਰੂ ਨਹੀਂ ਕਦੇ ਮਰਦਾ, ਧਿਆਨ ਰੱਖਣਾ। ਬਾਕੀ ਸਭ ਦੁਨੀਆ ਚੱਕਰ ਵਿੱਚ ਪੈਂਦੀ ਹੈ, ਇੱਕ ਗੁਰੂ ਅਤੇ ਇੱਕ ਕਰਤਾਰ, ਦੋ ਚੀਜ਼ਾਂ ਕਦੇ ਚੱਕਰ ਵਿੱਚ ਨਹੀਂ ਪੈਂਦੀਆਂ। ਦਰਸ਼ਨ ਕਰਾਏ ਅਤੇ ਪੰਜਵੇਂ ਗੁਰੂ ਸਾਹਿਬਾਨ ਦੇ ਸਾਹਮਣੇ ਬੈਠੇ ਹੋਏ ਸਨ, ਆਖਿਆ ਉਸਤਤ ਕਰੋ। ਪਰ ਪੱਟ ਜਾਣੋ, ਸਵਈਆਂ ਵਿੱਚ ਉਸਤਤ ਕਰਨੀ ਹੈ, ਸਵਈਆਂ ਵਿੱਚ। ਉਹ ਪੱਟ ਕਹਿਣ ਲੱਗੇ, ਇਹ ਗੁਰਦੇਵ ਭਾਈ, ਅਸੀਂ ਦੁਨੀਆਂ ਦੇ ਬੜੇ ਗ੍ਰੰਥ ਪੜ੍ਹੇ, ਬਹੁਤ ਕੁਝ ਪੜ੍ਹਿਆ, ਪਰ ਸਵਈਆਂ ਦੀ ਚਾਲ ਦਾ ਨਹੀਂ ਪਤਾ ਸਾਨੂੰ, ਵੀ ਚਾਲ ਕਿਹੋ ਜਿਹੀ ਹੈ। ਇੱਕ ਸਵਈਆ, ਇੱਕ ਕਵਿਤ, ਇੱਕ ਛੰਤ, ਪੌੜੀ, ਦੋਹਰਾ, ਚੌਪਈ, ਸਾਰਿਆਂ ਦੀ ਚਾਲ ਅਲੱਗ ਅਲੱਗ ਹੁੰਦੀ, ਇਹਨਾਂ ਦੀ ਮਾਤਰਾਵਾਂ ਦਾ ਹਿਸਾਬ ਹੈ, ਛੰਤ ਵਿੱਚ ਕਿੰਨੀਆਂ ਮਾਤਰਾ, ਕਵਿਤ ਵਿੱਚ ਕਿੰਨੀਆਂ ਮਾਤਰਾ, ਸਵਈਆ 'ਚ। ਜੇ ਇਹ ਪਤਾ ਨਾ ਹੋਵੇ ਤਾਂ ਉਹ ਕਵਿਤਾ ਦਾ ਰਸ ਨਹੀਂ ਮਾਣ ਸਕਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਠਨ ਪਾਠਨ ਹੋ ਹੀ ਨਹੀਂ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਸਤੇ ਸਾਰਿਆਂ ਤੋਂ ਪਹਿਲਾਂ ਭਾਸ਼ਾ ਗਿਆਨ, ਇਹ ਕਿਹੜੀ ਭਾਸ਼ਾ ਦਾ ਅੱਖਰ ਹੈ, ਵਿਆਕਰਨ ਗ੍ਰਮੈਟੀਕਲੀ ਇਹਦਾ ਕੀ ਅਰਥ ਹੈ, ਕਾਵਿ ਗਿਆਨ ਕਵਿਤਾ ਦੀ ਰਚਨਾ ਕਿਸ ਢੰਗ ਨਾਲ ਹੁੰਦੀ ਹੈ, ਅਤੇ ਫਿਰ ਰਾਗ ਦਾ ਗਿਆਨ। ਇਹ ਚਾਰ ਚੀਜ਼ਾਂ ਅਗਰ ਮਨੁੱਖ ਦੇ ਕੋਲ ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਕਥਾ ਰੱਬ ਦਾ ਵਾਸਤਾ ਜੇ ਹੋ ਹੀ ਨਹੀਂ ਸਕਦੀ। ਅਤੇ ਉਹਨਾਂ ਭੱਟਾਂ ਨੇ ਆਖਿਆ, ਸੱਚੇ ਪਾਤਸ਼ਾਹ ਸਾਨੂੰ ਤਾਂ ਸਵਈਆਂ ਦਾ ਚਾਲ ਅਤੇ ਚਾਲ ਹੀ ਨਹੀਂ ਪਤਾ, ਦੁਨੀਆਂ ਦਾ ਕੋਈ ਗ੍ਰੰਥ ਰਾਗ ਵਿੱਦਿਆ ਵਿੱਚ ਨਹੀਂ ਜੇ ਲਿਖੇ ਗਿਆ, ਧਿਆਨ ਰੱਖਣਾ। ਗੁਰੂ ਮਹਾਰਾਜ ਨੇ ਰਾਗ ਵਿੱਦਿਆ ਵਿੱਚ ਕਿਉਂ ਲਿਖਿਆ, ਰਾਗਾਂ ਵਿੱਚ ਕਿਉਂ ਲਿਖੀ ਬਾਣੀ? ਰਾਗ ਕਹਿੰਦੇ ਨੇ ਪਿਆਰ ਨੂੰ, ਇੱਕ ਹੈ ਅਨੁਰਾਗ, ਅਨੁਰਾਗ ਕਹਿੰਦੇ ਨੇ ਉਹਦੇ ਪਿੱਛੇ ਤੁਰਨਾ, ਰੱਬ ਦੇ ਪਿਆਰ ਦੇ ਪਿੱਛੇ ਤੁਰੀ ਜਾਣਾ, ਇਹਨੂੰ ਕਹਿੰਦੇ ਨੇ ਅਨੁਰਾਗ, ਰਾਗ ਅਨੁਰਾਗ। ਇਸੇ ਕਰਕੇ ਇੱਕ ਰਾਗ ਦੀ ਬੰਦਿਸ਼ ਹੈ, ਮਾਲ ਕੌਂ ਸੁਰਾਗ, ਰਾਗ ਦੇ ਦੂਜੇ ਪੈਰ ਗਾਇਆ ਜਾਂਦਾ, ਅਤੇ ਜੇ ਬੰਦਾ ਕੋਈ ਸਵੇਰੇ ਗਾ ਦੇਵੇ ਤਾਂ ਉਹਨਾਂ ਆਖਣਾ ਵੀ ਇਹਨੂੰ ਮੂਰਖ, ਇਹਨੂੰ ਪਤਾ ਹੀ ਕੋਈ ਨਹੀਂ ਰਾਗ ਦਾ, ਸਮਝ ਹੀ ਕੋਈ ਨਹੀਂ ਹੈਗੀ। ਇਸੇ ਤਰ੍ਹਾਂ ਪੈਰੋ ਪੈਰ ਵੀ ਜੋ ਇਹ ਅੰਮ੍ਰਿਤ ਵੇਲੇ ਦੇ ਆਸਾ ਰਾਗ, ਇਹ ਅੰਮ੍ਰਿਤ ਵੇਲੇ ਦੇ ਰਾਗ ਨੇ, ਜੇ ਕੋਈ ਦੁਪਹਿਰ ਨੂੰ ਗਾ ਦੇਵੇ ਦੁਪਹਿਰ ਨੂੰ ਨਹੀਂ ਗਾ ਸਕਦੇ, ਦੁਪਹਿਰ ਨੂੰ ਟੋਡੀ ਮੀਆਂ ਕੀ ਟੋਡੀ, ਸਾਰੰਗ ਬਿੰਦਰਾ ਬਣੀ ਸਾਰੰਗ, ਹੋਰ ਕਈ ਰਾਗ ਨੇ ਪੜ੍ਹਨ ਵਾਲੇ ਦੂਜੇ ਪੈਰ ਵਿੱਚ, ਉਹਦਾ ਸਮਾਂ ਬੰਨਿਆ ਹੋਇਆ, 6 ਤੋਂ 9, 9 ਤੋਂ 12, 12 ਤੋਂ 3, 3 ਤੋਂ 6। ਇਸ ਕਰਕੇ ਰਾਗ ਵਿੱਦਿਆ ਜੋ ਉਚਾਰਨ ਕੀਤਾ ਗਿਆ,
ਕਿ ਮਾਨਵ ਜਾਤੀ ਦੇ ਅੰਦਰ ਪ੍ਰਭੂ ਦਾ ਪਿਆਰ ਪੈਦਾ ਹੋਵੇ ਅਤੇ ਉਸ ਪਿਆਰ ਦੇ ਪਿੱਛੇ ਸਾਰੀ ਮਾਨਵ ਜਾਤੀ ਲੱਗੇ ਤਾਂ ਕਿ ਇਹਨਾਂ ਦੀ ਆਤਮਾ ਦੀ ਕਲਿਆਣ ਹੋ ਸਕੇ। ਤਾਂ ਗੁਰੂ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਰਾਗਾਂ ਵਿੱਚ ਕੀਤੀ। ਕੁਦਰਤੀ ਗੱਲ ਹੈ, ਜੇ ਕਿਤੇ ਪਸ਼ੂ ਨੂੰ ਰਾਗ ਸੁਣਾਇਆ ਜਾਏ ਨਾ ਕਿਸੇ ਪਸ਼ੂ ਨੂੰ ਰਾਗ, ਘੰਡੇ ਹਿਰ ਦਾ ਰਾਗ, ਰਾਤ ਨੂੰ ਦੋ ਬੰਦੇ ਜੰਗਲ ਵਿੱਚ ਜਾ ਕੇ ਗਾਉਂਦੇ ਨਹੀਂ ਨੇ, ਉਹ ਵਾਦਨ ਕਰਦੇ ਨੇ ਅਤੇ ਨ੍ਰਿਤ ਕਰਦੇ ਨੇ। ਉਹ ਘੰਡੇ ਹਿਰ ਦਾ ਰਾਗ ਸੁਣ ਕੇ ਦੂਰੋਂ ਦੂਰੋਂ ਹਰਨ ਭੱਜੇ ਆਉਂਦੇ ਨੇ, ਅਤੇ ਜਿਹੜਾ ਰਾਗ ਵਜਾਉਂਦਾ ਹੈ ਨਾ ਦੋ ਬੰਦੇ, ਇੱਕ ਬੈਠਾ ਖਲੋਤਾ ਹੁੰਦਾ, ਉਹਦੇ ਅੱਗੇ ਸਿਰ ਨੀਵਾਂ ਕਰ ਦਿੰਦੇ, ਕਹਿੰਦੇ ਨੇ ਸਰੇ ਤਸਲੀਮ ਖਮ ਹੈ ਜੋ ਮਿਜ਼ਾਜੇ ਯਾਰ ਮੈਂ ਆਏ। ਪਿਆਰਿਆ ਤੂੰ ਕਿੰਨਾ ਚੰਗਾ, ਇਹ ਸਾਡਾ ਰਾਗ ਤੂੰ ਵਜਾਇਆ, ਇਸ ਕਰਕੇ ਤੇਰੇ ਅੱਗੇ ਮੱਥਾ ਟੇਕਦੇ ਹਾਂ। ਹੁਣ ਤੇਰੀ ਮਰਜ਼ੀ ਹੈ, ਸਾਨੂੰ ਮਾਰ ਦੇ ਅਤੇ ਭਾਵੇਂ ਬਚਾ ਲੈ, ਇਹ ਤੇਰੀ ਮਰਜ਼ੀ ਦੀ ਗੱਲ ਹੈ। ਮੈਂ ਤੇਰੇ ਅੱਗੇ ਸੀਸ ਝੁਕਾ ਦਿੱਤਾ, ਅਤੇ ਭਾਵੇਂ ਕਿੰਨਾ ਵੀ ਰਾਗ ਸੁਣਾਉਂਦੇ ਰਹਿਣ, ਕਿੰਨਾ ਵੀ ਕੀਰਤਨ ਸੁਣਾਈ ਜਾਣ ਗੁਰਬਾਣੀ ਦੇ, ਸਾਡੇ 'ਤੇ ਕੋਈ ਅਸਰ ਹੋ ਰਿਹਾ? ਕਿਉਂਕਿ ਹੁਣ ਅਸੀਂ ਆਲ ਪਰੂਫ ਹੋ ਗਏ ਹਾਂ। ਇੱਕ ਵਾਟਰ ਪਰੂਫ ਹੁੰਦਾ, ਇੱਕ ਹੀਟ ਪਰੂਫ ਹੁੰਦਾ, ਅਸੀਂ ਆਲ ਪਰੂਫ ਹੋ ਗਏ। ਗੁਰੂ ਸੁੱਖ ਰੱਖੇ ਸਾਨੂੰ ਆਲ ਪਰੂਫ ਤੋਂ ਹਟਾ ਕੇ ਨਾ ਪ੍ਰਭੂ ਦੀ ਬੰਦਗੀ ਵੱਲ ਲਾ ਦੇਵੇ। ਜਿਸ ਮਨੁੱਖ ਨੇ ਇੱਕ ਪ੍ਰਭੂ ਦੀ ਬੰਦਗੀ ਨਹੀਂ ਕੀਤੀ ਉਸਦੀ ਕਲਿਆਣ ਨਹੀਂ ਹੋ ਸਕਦੀ। ਅਤੇ ਉਹਨਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਸਵਾਈਆਂ ਦੀ ਚਾਲ ਦਾ ਪਤਾ ਨਹੀਂ। ਅੱਛਾ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਖਿਆ, ਕੋਈ ਗੱਲ ਨਹੀਂ, ਤੁਹਾਨੂੰ ਪੂਰਨੇ ਪਾ ਕੇ ਸਮਝਾ ਦੇਣੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪਹਿਲੇ 9 ਸਵਾਈਏ ਅਤੇ ਫਿਰ 11 ਸਵਾਈਏ, 20 ਸਵਾਈਏ ਗੁਰੂ ਅਰਜਨ ਦੇਵ ਜੀ ਨੇ ਆਪ ਉਚਾਰਨ ਕਰਕੇ ਉਹਨਾਂ ਨੂੰ ਦੱਸਿਆ ਕਿ ਸਵਾਈਆਂ ਦੀ ਚਾਲ ਕੀ ਹੁੰਦੀ ਹੈ। ਜਿਸ ਬੰਦੇ ਨੂੰ ਸਵਾਈਆਂ ਦੀ ਚਾਲ ਦਾ ਪਤਾ ਨਾ ਹੋਵੇ ਉਹ ਗੁਰੂ ਗ੍ਰੰਥ ਦਾ ਪਾਠ ਨਹੀਂ ਕਰ ਸਕਦਾ, ਜਿਸ ਨੂੰ ਕਵਿਤਾ ਦਾ ਗਿਆਨ ਹੋਵੇ ਉਹ ਵੀ ਨਹੀਂ ਕਰ ਸਕਦਾ, ਜੇ ਰਾਗ ਦਾ ਗਿਆਨ ਨਹੀਂ ਉਹ ਵੀ ਨਹੀਂ ਕਰ ਸਕਦਾ। ਕਿੱਥੇ ਖਲੋਣਾ, ਕਿੱਥੇ ਨਹੀਂ ਖਲੋਣਾ, ਕਿੱਥੇ ਕੌਮਾਂ, ਕਿੱਥੇ ਫੁਰਸਤਾਪ ਹੈ, ਉਹਨੂੰ ਸੋਝੀ ਕੋਈ ਨਹੀਂ ਆ ਸਕਦੀ। ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ 9 ਸਵਈਏ ਪਹਿਲੇ ਚਰਨ ਦੇ ਉਚਾਰਨ ਕਰਕੇ ਉਹਨਾਂ ਨੂੰ ਪੂਰਨੇ ਪਾ ਕੇ ਦੱਸੇ ਅਤੇ ਸ਼ੁਰੂ ਵਿੱਚ ਮੰਗਲਾਚਰਨ ਕੀਤਾ। ਸਾਰੇ ਬੋਲੋ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸ੍ਰੀ ਮੁਖ ਵਾਕਿਆ ਮਹਿਲਾ ਪੰਜਵਾਂ। ਕੱਕੇ ਥੱਲੇ ਅੱਧੇ ਜਈਏ ਦੀ ਮਾਤਰਾ ਲਿਖੀ ਹੈ, ਫਾਲਤੂ ਥੋੜ੍ਹੀ ਆ, ਬਾਕ ਹੀ ਕਹੀ ਜਾਂਦੇ ਨਾ, ਉਹਦੇ ਮਾਤਰਾ ਲੱਗੀ। ਸ੍ਰੀ ਮੁਖ ਵਾਕਿਆ ਮਹਿਲਾ ਪੰਜਵਾਂ, ਇਸ ਕਰਕੇ ਅਕਈ ਪਾਠ ਕਰ ਸੁਣਿਆ ਕਰੋ। ਇਸ ਬੰਬ ਗਿਆਨ ਧਿਆਨ, ਸ਼ੁਕਰ ਹੈ ਤੂੰ ਕਦੇ ਐਟਮ ਬੰਬ ਨਹੀਂ ਕਹਿਤਾ, ਹਾਈਡਰੋਜਨ ਬੰਬ ਨਹੀਂ ਕਹਿ ਦਿੱਤਾ। ਇਸ ਬੰਮੇ ਮੰਮੇ ਥੱਲੇ ਅੱਧੇ ਜਈਏ ਦੀ ਮਾਤਰਾ ਲੱਗੀ ਹੋਈ ਹੈ ਅਤੇ ਲਾਈ, ਇਸੇ ਕਰਕੇ ਅਸੀਂ ਪੜ੍ਹੀਏ। ਇਸ ਬੰਮੇ ਗਿਆਨ ਧਿਆਨ ਤੱਤ ਹੀ ਹੈ ਚਾਹੇ ਜੀ, ਜਦ ਤੱਕ ਅਸੀਂ ਉਸ ਤਰੀਕੇ ਨਾਲ ਨਹੀਂ ਪੜ੍ਹਦੇ ਅਤੇ ਪਾਠ ਦੀਆਂ ਮਾਤਰਾਵਾਂ ਜਿਹੜੀਆਂ ਨੇ ਇਹ ਅੱਧੀ ਮਾਤਰਾ, ਕੀਰਤਨ ਕਰਨ ਵਾਲੇ ਜਾਣਦੇ ਨੇ 3 ਤਾਲ ਦੀਆਂ 16 ਮਾਤਰਾ ਹੁੰਦੀਆਂ ਨੇ, ਅਤੇ ਜੇ 128 ਤੱਕ ਪਹੁੰਚ ਜਾਈਏ ਅਤੇ 128 ਦੀ ਮਾਤਰਾ ਜੇ ਕਿਤੇ ਘੱਟ ਜਾਵੇ ਜਾਂ ਵੱਧ ਜਾਵੇ ਨਾ, ਤਾਂ ਤਬਲੇ ਵਾਲੇ ਨੂੰ ਫਿਰ ਉਸ ਗੀਤ ਗਾਉਣ ਵਾਲਾ ਘੂਰਨ ਲੱਗ ਪੈਂਦਾ, ਕਹਿੰਦਾ ਤੈਨੂੰ ਅਕਲ ਨਹੀਂ ਮੈਂ ਕਿੰਨੀਆਂ ਮਾਤਰਾ ਵਿੱਚ ਫਿਰਦਾ ਪਿਆ ਵਾਂ, ਤੈਨੂੰ ਅਵਰੋਹੀ ਅਰੋਹੀ ਅਵਰੋਹੀ ਦਾ ਕੋਈ ਗਿਆਨ ਨਹੀਂ, ਠੀਕ ਵਜਾ ਤਬਲਾ। ਇਸੇ ਤਰ੍ਹਾਂ ਇਹ ਮਾਤਰਾ ਤਾਂ ਹੀ ਲੱਗੀ ਹੈ, ਉਹਦਾ ਉਚਾਰਨ ਕਰਕੇ ਅੱਗੇ ਚੱਲੀਏ। ਗੁਰੂ ਮਹਾਰਾਜ ਨੇ ਸ਼ੁਰੂ ਵਿੱਚ ਇੱਕ ਅੱਖਰ ਵਰਤਿਆ, ਇੱਕ ਵਾਰੀ ਆਖੋ ਸਤਨਾਮ ਲਓ। ਅੱਜ ਇਹ ਵੀ ਗੱਲ ਨਾਲ ਹੀ ਮੈਂ ਸੇਵਾ ਕਰਦੇ ਹਾਂ, ਹਿੰਦੁਸਤਾਨ ਦੇ ਸਾਰੇ ਗ੍ਰੰਥਾਂ ਵਿੱਚ ਓਮ ਹੈ ਪਰ ਓਮ ਦੇ ਖੱਬੇ ਬੰਨੇ ਇੱਕ ਨਹੀਂ ਲਗਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਬਿਨਾਂ ਹਿੰਦੂਆਂ ਦੇ ਸਾਰੇ ਗ੍ਰੰਥ ਪੜ੍ਹੀ ਜਾਓ, ਓਮ ਤਾਂ ਹੈ ਇੱਕ ਕੋਈ ਨਹੀਂ, ਉੱਥੇ ਮੰਤਰ ਲਿਖੇ ਨੇ ਬਕਾਇਦਾ, ਗਾਇਤਰੀ ਮੰਤਰ ਹਿੰਦੂਆਂ ਦਾ ਪ੍ਰਸਿੱਧ ਮੰਤਰ ਹੈ। ਓਮ ਭੂਰ ਭਾਵਾ ਸਵਾਹ ਤਸਵਿਤੁਰਵਰੇ ਨਯਮ ਭਰਗੋ ਦੇਵਸ ਧੀਮਹੀ ਧੀਓ ਯੋ ਨਾਮ ਪ੍ਰਚੋਦਯਾਤ। ਇੱਕ ਹਵਨ 'ਚ ਮੰਤਰ ਆਉਂਦਾ, ਕਿਉਂਕਿ ਮੈਂ 8 ਸਾਲ ਹਵਨ ਕਰਦਾ ਰਿਹਾ, ਹਵਨ 'ਚ ਮੰਤਰ ਆਉਂਦਾ।
ओम वाक वाक ओम प्रण प्रण ओम चक्षु चक्षु ओम श्रोत्रम श्रोत्रम ओम नाभि ओम हृदय ओम कंठ ओम शिर ओम बाहुभ्यम यशो बलम ओम कर्तन कर पृष्ठे एक नहीं है ओम है इत ही बस नहीं ओम इत्य अव्यम वाहेगुरु जड़ा ना एक खर्च नहीं होंदा अपनी शक्ति नु सदा कायम रखता ओम इत्य अव्यम उद्गीतम उपासित ओम करता वरदा नहीं ना काट है ना बाढ़ है ना काट बाढ़ होता है जाप साहब च लिखे हुए फिर जे कटदा वरदा नहीं तो लिखा उद्गीतम उपासित ये बहुत पवित्र है उपासित ये उपासना के योग है ओम की उपासना करनी चाहिए पर उड़े बैठे सन वेले जंगलों में ऋषि मुनि 108 उपनिषद उन्होंने लिख दिते तो 108 उपनिषदों में एक प्राण उपनिषद है उस ऋषि ने अपने ग्रंथ में लिख के लोगों फिर भुलेखे च पा दिता आसे अकारे ऊ से ओकारे मां से मकारे तीन हिस्सों में उन्होंने तकसीम किया रजोगुण तमोगुण सतोगुण तिना हिस्सों वंड दिता चूड़ामणि उपनिषदा जरा करता सी ना उन्हें आख्या मैं पिछे क्यों रह जावा उन्हें खुल के वर्णन किया वह असे अकार लीते ब्रह्म ऊसे अकार लीते हरि विष्णु जी महाराज माँ से मकाली ते रुद्र शिव जी महाराज तीन देवत्या की पूजा पिछे ला दिता तो निरंकार की पूजा ही भुला दी ध्यान रखना गुरु नानक पातशाह जी ने एक क्यों लाया एक बारी आखो सतनाम असी यूरोप के लोगों को कहने कि बड़े एडवांस कंट्री ने सिर्फ इस करके कि पैसा बहुत है होर कादे एडवांस ने जिन्ना सिख पंथ दुनिया से एडवांस है होर दुनिया का कोई पंथ इन्ना एडवांस ही नहीं है जड़ा एक निरंकार की पूजा करता होर किसी की पूजा ही नहीं करता उन्होंने भी रब का ना गॉड रखे गॉड जी से जनरेटर ओ से ओपरेटर डी से डिस्ट्रॉयर ब्रह्मा विष्णु शिव जी घट उन्होंने भी नहीं की उन्हें भी देवत्यां की पूजा की है रब की पूजा नहीं की जे कदे समा बनया कबीर साहब ने जेडे 7 बार लिखे ने 7 बारां का जिक्र करांगा गोरियां ने देवतियां की पूजा की है 7 बारां विच रब की पूजा नहीं की तन तन गुरु नानक सच्चे पातशाह जिन्होंने 10 अवतार धारण करके एक निरंकार की पूजा करके दुनिया नू निरंकार दे नाल जोड़िया हुण पढ़ो जपजी साहब रोज़ पढ़ रहे हो इन्हां दोवां दा नाल नाल हवाला सुनी जाना हिंदू मत दा ते गोरियां दा गुरु बाबा जी अगर ना आउंदे ना सचमुच साडा बड़ा ही बुरा हाल होना सी इह ते गुरु नानक दी कृपा है कि असीं परमेश्वर की बंदगी करने हैं होर किसी की पूजा नहीं करते गुरु नानक बाबा जी ने आए उन्हां लोकां नूं उपदेश कीता आख्या दुनिया दे लोको एक माई जुगत व्याही तिन चेले परवान एक संसारी ओसे अकाली ते ब्रह्म जी से जनरेटर एक भंडारी ऊसे अकाली ते विष्णु जी महाराज ओसे ओपरेटर बन गया एक लाए दीवान एक मारन की शक्ति मां से मकाल गुरु का शिवजी महाराज डी से डिस्ट्रॉयर बाबा जी कहते ने गुरु के प्यारे हो ऐ संसारी जीवो ध्यान रखो इन्हां तिना देवत्या ने जिहदा जिक्र सनातन ग्रंथां च कीता यूरोप विच इन्हां ने आप रब के दर्शन कदे नहीं किए जिन्हें आप नहीं वेख्या कोला लंबर वो दूजे किमें आखेगा वो तुम मैं विखा देव उन्हें तो आप ही नहीं वेखे उन्होंने पता ही नहीं मलेशिया की होंगे जिन्हें वेख्या वो दस सकता है तीती वंशा कितने है पतालंग जया कितने है संतूल कितने है वो दस सकता जिन्हें वेख्या हो जिन्हें आप नहीं वेखे तो एक माई जुगत व्याई तिन चेले परवान एक संसारी एक भंडारी एक लाए दीवान हुण अगली टुक पढ़ो जिव तिस भावै तिवे चलावै आखो सतनाम
ਗੁਰੂ ਨਾਨਕ ਬਾਬਾ ਜੀ ਕਹਿਣ ਲੱਗੇ, ਕਮਲੇ ਉਹ ਇਹਨਾਂ ਦੇ ਪੱਲੇ ਆਪ ਕੁਝ ਨਹੀਂ ਹੈਗਾ, ਤੁਹਾਨੂੰ ਕੀ ਦੇਣਗੇ? ਇਹਨਾਂ 'ਤੇ ਆਪਣਾ ਗਿਆਨ ਕੋਈ ਨਹੀਂ ਵੀ ਮੈਂ ਕੀ ਹੈਗਾ। ਪਾਰਵਤੀ ਜ਼ਿੱਦ ਪੈ ਗਈ, ਕਹਿਣ ਲੱਗੀ ਮਹਾਂਪ੍ਰਭੂ ਸ਼ਿਵਜੀ ਮਹਾਰਾਜ ਮੈਨੂੰ ਅਮਰ ਕਥਾ ਸੁਣਾਓ। ਸ਼ਿਵਜੀ ਕਹਿਣ ਲੱਗੇ ਚੰਗਾ ਮੈਂ ਸੁਣਾਉਣਾ ਵਾਂ, ਅਤੇ ਤੂੰ ਹੁੰਗਾਰਾ ਦੇਈ ਜਾਈ ਵਿਚਕਾਰ। ਹਾਂਜੀ ਆਹੋ ਜੀ ਠੀਕ ਹੈ, ਹੁੰਗਾਰਾ ਦੇਈ ਜਾਈ। ਜੇ ਅਮਰ ਕਥਾ ਸ਼ੁਰੂ ਕੀਤੀ ਤਾਂ ਪਾਰਵਤੀ ਦੀ ਅੱਖ ਲੱਗ ਗਈ, ਸੌਂ ਗਈ। ਰੁੱਖ 'ਤੇ ਬੈਠਾ ਸੀ ਤੋਤਾ, ਉਹ ਕਹਿੰਦਾ ਰਿਹਾ ਹਾਂਜੀ ਆਹੋ ਜੀ ਠੀਕ ਹੈ ਜੀ। ਜਦੋਂ ਸ਼ਿਵਜੀ ਸਮਾਧੀ ਖੁੱਲ੍ਹੀ ਨਾ ਅਮਰ ਕਥਾ ਪਿੱਛੋਂ, ਕਹਿਣ ਲੱਗਾ ਇਹ ਆਹ ਤਾਂ ਸੁੱਤੀ ਹੋਈ ਆ, ਹੁੰਗਾਰਾ ਕੌਣ ਨਗਾ ਮਾਰੀਏ? ਤੋਤਾ ਬੈਠਾ ਸੀ ਉੱਥੇ, ਤਰਸ਼ੂਲ ਲੈ ਕੇ ਤੋਤੇ ਨੂੰ ਮਾਰਨ ਭੱਜਿਆ ਸ਼ਿਵਜੀ ਮਹਾਰਾਜ। ਉਹਨਾਂ ਦੀਆਂ ਪੁਸਤਕਾਂ ਵਿੱਚ ਲਿਖਿਆ ਹੈ, ਉਹਨੂੰ ਇਹ ਵੀ ਨਹੀਂ ਪਤਾ ਕਿ ਮੈਂ ਅਮਰ ਕਥਾ ਸੁਣਾ ਬੈਠਾ, ਇਹਨੂੰ ਕੋਈ ਮਾਰ ਨਹੀਂ ਸਕਦਾ। ਆਖੋ ਹਾਂ ਸਤਨਾਮ, ਤੂੰ ਆਪ ਹੀ ਤਾਂ ਸੁਣਾਈ ਅਮਰ ਕਥਾ। ਅਤੇ ਤੋਤਾ ਸੁਣਦਾ ਰਿਹਾ, ਹੁੰਗਾਰਾ ਦਿੰਦਾ ਰਿਹਾ ਪਾਰਵਤੀ ਦੇ ਨਾਲ ਬਰਾਬਰ, ਤੂੰ ਹੁਣ ਉਹਨੂੰ ਮਾਰਨ ਭੱਜਿਆ। ਇਹ ਤੋਤਾ ਹੀ ਸੁਖਦੇਵ ਰਿਸ਼ੀ ਬਣਿਆ, ਬ੍ਰਹਮਾ ਦਾ ਬਿੰਦੀ ਪੁੱਤਰ ਨਹੀਂ ਨਾਦੀ ਪੁੱਤਰ ਬਣਿਆ। ਸੁਖਦੇਵ ਮੁਨੀ ਜਿਹੜਾ ਹੈ ਨਾ, ਸੁੱਖ ਦਾ ਅਰਥ ਹੈ ਤੋਤਾ, ਸੁੱਖ ਤੋਂ ਬਣਿਆ ਸੁੱਖ, ਅਤੇ ਸੁੱਖ ਤੋਂ ਬਣਦਾ ਸੂਅਤਾ, ਮੈਂ ਤੇਰਾ ਪਿਆਰਾ ਜਿਹਾ ਤੋਤਾ, ਅਤੇ ਸੁੱਖ ਤੋਂ ਹੀ ਸੁਖਦੇਵ ਮੁਖੀ ਮੁਨੀ ਬਣਿਆ। ਇਸੇ ਨੇ ਜਨਕ ਰਾਜੇ ਨੂੰ ਗੁਰੂ ਬਣਾਇਆ। ਜਨਕ ਜਨਕ ਬੈਠੇ ਸਿੰਘ ਹਸਨ, ਨਾ ਮੁਨੀ ਤੁਰ ਲਿਵ ਲਾਵੇ ਗੋ, ਜੂਠਨ ਜੂਠ ਪਈ ਸਿਰ ਉੱਪਰ, ਖਿਨ ਮਨਵਾ ਤਿਲ ਨਾ ਡੁਲਾਵੇ ਗੋ। ਗੁਰਬਾਣੀ 'ਚ ਲਿਖਿਆ ਇਸ ਕਰਕੇ ਇਹਨੇ ਆਪ ਹੀ ਤਾਂ ਸੁਣਾਈ ਹੈ, ਉਹਨੂੰ ਆਪਣਾ ਹੀ ਗਿਆਨ ਕੋਈ ਨਹੀਂ। ਬਾਬਾ ਜੀ ਕਹਿੰਦੇ ਨੇ ਸੰਸਾਰ ਦੇ ਜੀਵੋ ਇੱਕ ਮਹਾਨ ਸ਼ਕਤੀ ਹੈ, ਉਹਦੇ ਲੜ ਲੱਗ ਜਾਓ। ਉਹ ਵੇਖੈ ਉਹਨਾਂ ਨਜ਼ਰ ਨਾਵੈ ਬਹੁਤਾ ਏ ਵਿਡਾਨ, ਨਿਰੰਕਾਰ ਇਹਨਾਂ ਸਾਰਿਆਂ ਨੂੰ ਵੇਖਦਾ। ਪਰ ਕਮਾਲ ਦੀ ਗੱਲ, ਇਹਨਾਂ ਤਿੰਨਾਂ ਦੇਵਤਿਆਂ ਨੇ ਅੱਜ ਤੱਕ ਰੱਬ ਦੇ ਦਰਸ਼ਨ ਕੀਤੇ ਹੀ ਨਹੀਂ, ਦੂਜੇ ਨੂੰ ਕਿਵੇਂ ਕਰਾ ਦਿੰਦੇ? ਬ੍ਰਹਮ ਗਿਆਨ ਕੀ ਪ੍ਰਾਪਤੀ ਨਹੀਂ ਹੋਈ, ਇਸ ਲਈ ਬ੍ਰਹਮ ਕੇ ਦਰਸ਼ਨ ਕਰਵਾ ਵੀ ਨਹੀਂ ਸਕਦੇ, ਕਿਵੇਂ ਕਰਾਉਣਗੇ? ਉਹਨਾਂ ਆਪ ਨੇ ਕੀਤੇ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਓਮ ਦੇ ਖੱਬੇ ਬੰਨੇ ਇੱਕ ਫਿਗਰ ਲੰਕ, ਵੈਸੇ ਈੜੀ ਨੂੰ ਸਿਆਰੀ ਕੱਕਾ ਲਾ ਕੇ ਵੀ ਲਿਖ ਸਕਦੇ ਸਨ, ਪਰ ਸੰਸਕ੍ਰਿਤ ਦੀਆਂ ਵਿਭਕਤੀਆਂ ਵਿੱਚ ਉਸ ਇੱਕ ਦੇ ਅਲੱਗ ਅਲੱਗ ਅਰਥ ਹੋ ਜਾਂਦੇ ਨੇ। ਜਿਵੇਂ ਕੇਸ਼ ਸੰਧੀ ਅੱਖਰ ਹੈ, ਕੇਸ਼ ਅਲੱਗ ਅਲੱਗ ਅਰਥ ਹੋ ਗਏ। ਜਿਵੇਂ ਗੋਬਿੰਦ ਹੈ, ਗੋਪਾਲ ਹੈ, ਅਲੱਗ ਅਲੱਗ ਅਰਥ ਹੋ ਜਾਂਦੇ ਨੇ, ਇਹਨਾਂ ਦੇ ਸੰਧੀਆਂ ਹੋ ਜਾਂਦੀਆਂ। ਦਾਮੋਦਰ ਦਾਮ ਆਦਿ ਉਧਰ, ਯਸ ਉਧਰੇ ਵਾਸਾ ਸੀ ਅਸੋ ਸਾ ਦਾਮੋਦਰ। ਜਿਵੇਂ ਮਾਧਵ ਮਾਇਆ ਲਕਸ਼ਮੀਆਂ ਦਵਾਈ ਤੀ ਮਾਧਵ, ਅਲੱਗ ਅਲੱਗ ਅਰਥ ਹੋ ਜਾਂਦੇ ਨੇ। ਪਰ ਜੇ ਕਦੇ ਇੱਕ ਫਿਗਰ ਲੱਗਾ ਹੋਵੇ ਤਾਂ ਉਹਨੂੰ ਇੱਕ ਕਹਿਣਾ ਹੀ ਪਏਗਾ। ਕਿੱਡੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਆਤਮਕ ਸ਼ਕਤੀ ਅੰਦਰ ਲੋਕਾਂ ਨੂੰ ਗਿਆਨ ਕਰਵਾਇਆ ਕਿ ਓਮ ਦੇ ਖੱਬੇ ਬੰਨੇ ਇੱਕ ਲਾ ਦਿੱਤਾ, ਤਾਂ ਕਿ ਲੋਕ ਦੇਵੀ ਦੇਵਤਿਆਂ ਦੀ ਉਪਾਸ਼ਨਾ ਨਾ ਕਰਨ, ਇੱਕ ਨਾਲ ਜੁੜੇ ਰਹਿਣ। ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਬਖਾਣਿਓ, ਨੈਣ ਬਹਿਣ ਹੋਏ ਇੱਕ ਇੱਕ ਡੂਠਾ ਨਾ ਜਾਣਿਓ, ਸੁਪਨ ਇੱਕ ਔਰ ਤੱਖ ਇੱਕ, ਇੱਕ ਸਮੈ ਲੀਨੋ ਤੀਸ ਇੱਕ ਔਰ ਪੰਜ ਸਿੱਧ ਪੈ ਤੀਸ ਨਾ ਖੇਨੋ, ਇਕੋ ਜੇ ਲੱਖ ਲੱਖੋਂ ਅਲੱਖ ਹੈ ਇੱਕ ਇੱਕ ਕਰ ਵਰਨਿਓ। ਗੁਰੂ ਅਮਰਦਾਸ ਜਾਲ ਪਾਣੇ, ਤੂੰ ਇੱਕ ਲੋੜ ਹੈ ਇੱਕ ਮੰਨਿਓ, ਬਿਨਾਂ ਇੱਕ ਨਾਲ ਬੰਦਗੀ ਕੀਤਿਆਂ ਇੱਕ ਨਾਲ ਜੁੜਿਆ ਇੱਕ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸ ਕਰਕੇ ਉਹਨਾਂ ਭੱਟਾਂ ਨੇ ਵੀ ਆਖਿਆ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੂੰ ਇੱਕ ਦੀ ਭਾਲ ਕਰਦਾ ਸਾਂ, ਕਿਉਂਕਿ ਤੇਰਾ ਮੁਰਸ਼ਦ ਕਸਬੇ ਕਮਾਲ ਹਜ਼ਰਤ ਤਬੀਬਾਂ ਕਲਬੇ ਹਰਕਾਰ ਕਲਬੇ ਮਖਲੂਕਾਤ ਨੇ ਵੀ ਇੱਕ ਹੀ ਲਿਖਿਆ ਪੱਟੀ ਉੱਤੇ। ਅਤੇ ਮੌਤ ਵੀ ਕਹਿੰਦਾ, ਨਾਨਕ ਤੈਨੂੰ ਇੱਕ ਤੋਂ ਅੱਗੇ ਨਹੀਂ ਲਿਖਣਾ ਆਉਂਦਾ, ਇੰਨੇ ਦਿਨ ਹੋ ਗਏ ਨੇ ਸਾਰੀ ਪੱਟੀ ਦੋਵੇਂ ਪਾਸੇ ਅਲਫ ਡੰਡੀ ਪਾ ਪਾ ਕੇ ਕਾਲੀ ਕਰ ਦਿੰਦਾ। ਅਤੇ ਗੁਰੂ ਨਾਨਕ ਬਾਬਾ ਜੀ ਕਹਿਣ ਲੱਗੇ, ਮੁਨਸ਼ੀ ਜੀ ਮੈਨੂੰ ਇੱਕ ਦੇ ਅਰਥ ਹੀ ਸਮਝ ਨਹੀਂ ਆਏ, ਜਿੱਦਣ ਮੈਨੂੰ ਇੱਕ ਦੇ ਅਰਥ ਸਮਝ ਆ ਗਿਆ ਨਾ ਉੱਦਣ ਮੈਂ ਬੇ ਲਿਖਣੀ ਸ਼ੁਰੂ ਕਰਾਂਗਾ। ਮਾਹੌਲ ਵੀ ਚੱਕਰ 'ਚ ਪੈ ਗਿਆ, ਬੇ ਦਾ ਅਰਥ ਹੈ ਦੂਜਾ, ਬੀਆ ਦੂਸਰਾ, ਮੈਂ ਤਾਂ ਇੱਕ ਦੇ ਅਰਥ ਨਹੀਂ ਸਮਝ ਸਕਿਆ। ਇਹ ਸਮਝ ਆ ਜਾਣਗੇ ਤਾਂ ਮੈਂ ਅੱਗੇ ਤੁਰਾਂਗਾ। ਮੌਲ ਵੀ ਹੈਰਾਨ ਪਰੇਸ਼ਾਨ, ਹਜ਼ਾਰਾਂ ਹੀ ਬੱਚੇ ਹੁਣ ਤੱਕ ਪੜ੍ਹ ਕੇ ਗਏ ਨੇ, ਪਰ ਕਿਸੇ ਨੇ ਇਹੋ ਜਿਹਾ ਪ੍ਰਸ਼ਨ ਨਹੀਂ ਕੀਤਾ, ਨਾਨਕ
ਤੇਰੀਆਂ ਗੱਲਾਂ ਤਾਂ ਬੜੀਆਂ ਸੁਣੀਆਂ ਸਨ, ਵੀ ਸੱਚੇ ਮੁੱਚੇ ਤੂੰ ਹੈ ਰੱਬ ਦਾ ਹੀ ਪਿਆਰਾ ਵੇ ਬਈ, ਅਲਫ ਦੇ ਅਰਥ ਮੈਨੂੰ ਵੀ ਨਹੀਂ ਆਉਂਦੇ, ਆਖੋ ਸਤਨਾਮ। ਅਤੇ ਗੁਰੂ ਨਾਨਕ ਬਾਬਾ ਜੀ ਨੇ ਉਹਨੂੰ ਉਪਦੇਸ਼ ਦੇ ਕੇ ਸਮਝਾਇਆ। ਇਸ ਕਰਕੇ ਓਮ ਦੇ ਖੱਬੇ ਬੰਨੇ ਇੱਕ ਫਿਗਰ ਲਾ ਦਿੱਤਾ ਵੀ ਜਦੋਂ ਦੁਨੀਆ ਨਿਰੰਕਾਰ ਨੂੰ ਯਾਦ ਕਰੇ ਸਾਰਿਆਂ ਤੋਂ ਪਹਿਲਾਂ ਇੱਕ ਆਖੇ ਅਤੇ ਇੱਕ ਓਅੰਕਾਰ, ਓ ਅੰਕਾਰ ਤਿੰਨ ਹਿੱਸਿਆਂ ਵਿੱਚ ਤਕਸੀਮ ਹੁੰਦਾ, ਇੱਕ ਓਂਕਾਰ ਇੱਕ ਓਮਕਾਰ, ਕੋਈ ਅੱਖਰ ਨਹੀਂ ਧਿਆਨ ਰੱਖਣਾ ਇਸ ਮੂਲ ਮੰਤਰ ਵਿੱਚ। ਇੱਕ ਓਅੰਕਾਰ ਮੇਰਾ ਪ੍ਰਭੂ ਇੱਕ ਹੈ, ਉਹਦੇ ਵਰਗਾ ਹੋਰ ਕੋਈ ਨਹੀਂ, ਉਹਦੇ ਟੋਟੇ ਨਹੀਂ ਹੋ ਸਕਦੇ, ਕੋਈ ਦੁਨੀਆ ਦੀ ਸ਼ਕਤੀ ਨਿਰੰਕਾਰ ਦੇ ਟੁਕੜੇ ਨਹੀਂ ਕਰ ਸਕਦੀ। ਸਤਨਾਮ ਸੱਤਿਅ, ਸੰਸਕ੍ਰਿਤ ਦੀ ਭਾਸ਼ਾ ਵਿੱਚ ਸੱਤਿਅ ਲਿਖਿਆ ਜਾਂਦਾ, ਸ ਤ ਅੱਧਾ ਤੇ ਯਈਆ। ਗੁਰੂ ਮਹਾਰਾਜ ਨੇ ਗ੍ਰਾਮਰ ਨੂੰ ਗ੍ਰਮੈਟਿਕਲੀ ਸ਼ੁੱਧ ਲਿਖਣ ਵਾਸਤੇ ਤੱਤੇ ਨੂੰ ਸਿਹਾਰੀ ਲਾ ਦਿੱਤੀ। ਸਤਨਾਮ ਸੱਤਿਅ ਕਹਿਣ ਸਦਾ ਕਾਇਮ ਰਹਿਣ ਵਾਲਾ, ਉਹ ਅਕਾਲ ਪੁਰਖ ਵਾਹਿਗੁਰੂ ਜਿਹਦਾ ਨਾਂ ਸਦਾ ਹੀ ਕਾਇਮ ਰਹਿੰਦਾ, ਉਹ ਨਾਂ ਘਟਦਾ ਵਰਦਾ ਨਹੀਂ, ਨਾ ਉਹ ਕਿਤੇ ਜਾਂਦਾ ਨਾ ਕਿਤੇ ਆਉਂਦਾ, ਉਹ ਕਿਤੇ ਜਾਂਦਾ ਹੀ ਨਹੀਂ, ਉਹ ਤਾਂ ਸਦਾ ਇੱਕ ਰਸ ਸਾਰੀ ਦੁਨੀਆ 'ਤੇ ਕਿਰਪਾ ਕਰਦਾ ਅਤੇ ਕਰੀ ਜਾ ਰਿਹਾ, ਯੁੱਗ ਬੀਤ ਗਏ ਨੇ ਉਹਦੀ ਕਿਰਪਾ ਵਿੱਚ ਕੋਈ ਅੰਤਰ ਨਹੀਂ ਆਇਆ। ਪੜ੍ਹੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਦਿੰਦਾ ਦੇ ਲੈਂਦੇ ਧੱਕ ਪਾਏ। ਭਾਈ ਗੁਰਦਾਸ ਜੀ ਨੇ ਸਿੱਧ ਕੀਤਾ ਸਤਿਗੁਰੂ ਦੇ ਪ੍ਰਥਾਏ, ਉਹਨਾਂ ਲਿਖਿਆ ਕਿ ਸਤਿਗੁਰ ਪੂਰਾ ਸਛਾ ਹੈ। ਭਾਈ ਗੁਰਦਾਸ ਜੀ, ਤ੍ਰਿਭਵਨ ਜਗ ਤਿਸ ਦਾਵਨ ਜ਼ਹਿਰ, ਰਤਨ ਪਦਾਰਥ ਬੇਸ਼ੁਮਾਰ, ਭਾਉ ਭਗਤ ਲੱਖ ਪਰੇ ਪੰਡਰ, ਲੱਖਮੀਆਂ ਲੱਖ ਗੋਲੀਆਂ, ਪਾਰਸ ਦੇ ਪਰਬਤ ਯਾ ਪਰ, ਪਾਰ ਜਾਤ ਲੱਖ ਬਾਗ ਵਿੱਚ, ਕਾਮ ਧੈਨ ਦੇ ਬਾਗ ਹਜ਼ਾਰ, ਲੱਖ ਅੰਮ੍ਰਿਤ ਲੱਖ ਇੰਦਰ ਲੈ, ਹੋਏ ਸਕੇ ਛਿੜਕਣ ਦਰਬਾਰ, ਸੂਰਜ ਚੰਦ ਚਿਰਾਗ ਲੱਖ, ਰਿੱਧ ਸਿੱਧ ਨਿਧ ਬੋਹਲ ਅੰਬਾਰਾ, ਸਭੇ ਵੰਡ ਵੰਡ ਦਿੱਤੀਆਂ, ਭਾਗ ਭਗਤ ਕਰ ਸੱਚ ਪਿਆਰਾ, ਭਗਤ ਵਛਲ ਸਤਿਗੁਰ ਨਿਰੰਕਾਰ, ਆਖੋ ਸਤਿ ਪਾਰ ਜਾਤ ਲੱਖ ਬਾਗ ਵਿੱਚ, ਕਾਮ ਧੈਨ ਦੇ ਵਗ ਹਜ਼ਾਰਾ। ਭਾਈ ਗੁਰਦਾਸ ਜੀ ਕਹਿੰਦੇ ਨੇ ਕਮਲੇ ਗੁਰੂ ਨਾਨਕ ਦਰਬਾਰ ਵਿੱਚ ਜਾਓ, ਇੱਕ ਪਾਰ ਜਾਤ ਹਾਸਲ ਕਰਨ ਵਾਸਤੇ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਨੇ 60 ਸਾਲ ਇੰਦਰ ਨਾਲ ਯੁੱਧ ਕੀਤਾ, ਇੰਦਰ ਨਾਲ, ਕਿਉਂਕਿ ਉਹਦੇ ਬਾਗ ਵਿੱਚ ਹੀ ਲੱਗਾ 5 ਰੁੱਖ ਨੇ, ਪੰਚਾਈ ਤੇ ਦੇਵ ਤਰਵੋ ਮੰਦਾਰਾ ਸੰਤਾਨਾ ਪਾਰੀਜਾਤਿਕਾ ਕਲ ਵਰਖਸ਼ ਚ ਪੁੰਸਵ ਹਰੀ ਚੰਦਨਮ, ਇਹ 5 ਰੁੱਖ ਇੰਦਰ ਦੇ ਬਾਗ ਵਿੱਚ ਹੈਗੇ, ਉੱਥੋਂ ਲਿਆਉਣਾ ਸੀ ਰੁੱਖ, ਅਤੇ 60 ਸਾਲ ਇੰਦਰ ਨਾਲ ਯੁੱਧ ਕਰਦੇ ਰਹੇ। ਆਸਾ ਦੀ ਵਾਰ ਦਾ ਪਾਠ ਕਰਦੇ ਹੋ, ਸੁਣੋ। ਪਾਰ ਜਾਤ ਗੋਪੀ ਲੈ ਆਇਆ, ਬਿੰਦਰਾ ਬਨ ਮੈਂ ਰੰਗ ਕੀਆ। ਇੱਕ ਪਾਰ ਜਾਤ ਦੀ ਪ੍ਰਾਪਤੀ ਵਾਸਤੇ 60 ਸਾਲ ਇੰਦਰ ਨਾਲ ਯੁੱਧ ਕੀਤਾ, ਉਹ ਤੋਂ ਪਾਰ ਜਾਤ ਰੁੱਖ ਪੁੱਟ ਕੇ ਨਾ ਆਪਣੀ ਪਟਰਾਣੀ ਸੱਦ ਭਾਮਾ ਦੇ ਬਾਗ ਵਿੱਚ ਲਾਇਆ ਉਹਨੂੰ ਖੁਸ਼ ਰੱਖਣ ਵਾਸਤੇ। ਲੇਕਿਨ ਗੁਰਮਤਿ ਕਹਿੰਦੀ ਹੈ ਭਾਈ, ਇਹ ਪਾਰ ਜਾਤ ਕਾਮ ਟੈਨ ਜਿਹੜੀਆਂ ਨਾ, ਇਹ ਤੁੱਛ ਚੀਜ਼ਾਂ ਨੇ, ਇਹਨਾਂ ਦੀ ਕੋਈ ਕੀਮਤ ਨਹੀਂ ਹੈਗੀ। ਪੜ੍ਹੋ ਗੁਰਬਾਣੀ। ਪਾਰ ਜਾਤ ਇਹ ਹਰ ਕੋ ਨਾਮ, ਕਾਮ ਧੈਨ ਹਰ ਹਰ ਗੁਣ ਗਾਮ। ਗੁਰੂ ਅਰਜਨ ਦੇਵ ਜੀ ਨੇ ਫੈਸਲਾ ਦਿੱਤਾ ਕੋਈ ਪਾਰ ਜਾਤ ਨਹੀਂ, ਹਰੀ ਦਾ ਨਾਮ ਹੀ ਮਾਨਵ ਜਾਤੀ ਵਾਸਤੇ ਪਾਰ ਜਾਤ ਹੈ, ਹਰੀ ਦਾ ਨਾਮ ਹੀ ਮਾਨਵ ਜਾਤੀ ਵਾਸਤੇ ਕਾਮ ਧੈਨ ਹੈ। ਮੈਨੂੰ ਗੱਲ ਯਾਦ ਆ ਗਈ ਹੈ, ਹਿੰਦੂ ਮਤ ਦੀ ਜਮਦਗਨ ਰਿਸ਼ੀ ਨੇ ਇੰਦਰ ਦੀ ਉਪਾਸ਼ਨਾ ਕੀਤੀ ਅਤੇ ਕਾਮ ਧੈਨ ਗਊ ਵੀ ਇੰਦਰ ਦੇ ਕੋਲ ਹੀ, ਹੋਰ ਕਿਸੇ ਕੋਲ ਹੈ ਹੀ ਨਹੀਂ। ਇੰਦਰ ਖੁਸ਼ ਹੋ ਗਿਆ, ਕਹਿਣ ਲੱਗਾ ਮੁਨੀਵਰ ਕਿਆ ਚਾਹੀਏ, ਅਤੇ ਜਮਦਗਨ ਰਿਸ਼ੀ ਨੇ ਆਖਿਆ ਜੋ ਪਰਸ਼ੁਰਾਮ ਦਾ ਪਿਓ ਸੀ, ਕਹਿਣ ਲੱਗਾ ਨਾ ਪ੍ਰਭੂ ਮੇਰੇ ਕੋਲ ਕਾਮ ਧੈਨ ਗਾਏ ਚਾਹੀਏ। ਉਹਨੇ ਕਿਹਾ ਤਤਸਤੂ, ਜਦੋਂ ਮੰਗੇਗਾ ਦੇ ਦਿਆਂਗੇ। ਜਮਦਗਨ ਰਿਸ਼ੀ ਨੇ ਖੁਸ਼ ਕੀਤਾ ਹੋਇਆ ਸੀ, ਉਹਦੇ ਮਨ 'ਚ ਵਿਚਾਰ ਹੈ ਕਿ ਬ੍ਰਹਮ ਭੋਜ ਕਰਨਾ ਚਾਹੀਦਾ, ਅਤੇ ਬ੍ਰਹਮ ਭੋਜ 'ਚ ਖਰਚਾ ਬੜਾ ਆਉਂਦਾ। ਉਹਨੇ ਅੰਦਰ ਦੀ ਸਮਾਧੀ ਲਾਈ,
ਅਥਰਵੇਦ ਪੜ੍ਹੋ, ਉਹ ਲੋਕ ਰੱਬ ਦੀ ਪੂਜਾ ਹੀ ਨਹੀਂ ਕਰਦੇ। 12 ਸਫ਼ੇ ਇੰਦਰ ਦੀ ਪੂਜਾ ਨਾਲ ਹੀ ਭਰੇ ਪਏ ਨੇ। ਮੈਂ ਕਿਹਾ ਕਿੱਡਾ ਕਮਲਾ, ਜੇ ਰੱਬ ਦੀ ਪੂਜਾ ਕਰਦਾ ਤਾਂ ਰੱਬ ਨੇ ਹਾਜ਼ਰ ਹੋ ਜਾਣਾ ਸੀ। ਉਹਨੂੰ ਖਿਆਲ ਹੈ ਕਿ ਬ੍ਰਹਮ ਭੋਜ ਕਰਨਾ ਚਾਹੀਦਾ। ਬੜੇ ਬੜੇ ਰਿਸ਼ੀ ਮੁਨੀ ਸੱਦੇ, ਆਪਣਾ ਸਾਂਢੂ ਵੀ ਸੱਦਿਆ ਜਿਹਦਾ ਨਾਂ ਸੀ ਸਹਿੰਸਰ ਬਾਬ, ਉਹਨੂੰ ਵੀ ਸੱਦਿਆ, ਉਹ ਵੀ ਆ ਗਿਆ। ਝੁੱਗੀ ਵਿੱਚ ਕਾਮ ਤੇਨ ਗਊ ਹੈ ਅਤੇ ਕਹਿਣ ਲੱਗਾ, ਮਾਤਾ ਬ੍ਰਹਮ ਭੋਜ ਕੇ ਪਦਾਰਥ ਚਾਹੀਏ ਗਰਮ ਗਰਮ। ਉਹਨੇ ਖਵਾਏ, ਜਿੰਨੇ ਰਿਸ਼ੀ ਮੁਨੀ ਆਏ ਸਨ ਬੜੇ ਪ੍ਰਸੰਨ ਹੋ ਕੇ ਜਾ ਰਹੇ ਨੇ। ਧਨ ਜਮ ਦਗਨ ਰਿਸ਼ੀ, ਧਨ ਜਮ ਦਗਨ ਰਿਸ਼ੀ ਦੇ ਜੈਕਾਰੇ ਬਣਾਉਂਦੇ ਜਾ ਰਹੇ ਨੇ। ਅਤੇ ਉਹਦਾ ਰਾਜਾ ਸੀ ਸਾਂਢੂ, ਉਸ ਇਲਾਕੇ ਦਾ ਰਾਜਾ ਸੀ ਸੈਂਸਰ ਬਹੁ। ਉਹਨੇ ਆਖਿਆ ਅੱਧ ਹੋ ਗਈ, ਮੈਂ ਰਾਜਾ ਤਾਂ ਮੈਨੂੰ ਕੋਈ ਬੁਲਾਉਂਦਾ ਹੀ ਨਹੀਂ, ਮੈਨੂੰ ਕੋਈ ਚੇਤੇ ਹੀ ਨਹੀਂ ਕਰਦਾ। ਆਹ ਕਮਲਾ ਜਿਹਾ ਬੰਦਾ ਇੱਥੇ ਜੰਗਲ 'ਚ ਰਹਿਣ ਵਾਲੀ ਜੈ ਜੈਕਾਰ ਹੋਣ ਡਈ। ਕਹਿਣ ਲੱਗਾ ਵੇਖਾਂ ਤਾਂ ਸਹੀ। ਜਦੋਂ ਵੇਖਣ ਵਾਸਤੇ ਤੁਰਿਆ, ਝੁੱਗੀ ਦੇ ਸਾਹਮਣੇ ਆਇਆ ਅਤੇ ਸਾਹਮਣੇ ਜਮਦਗ ਰਿਸ਼ੀ ਖੜ੍ਹਾ ਹੋ ਗਿਆ। ਅਤੇ ਸੈਂਸਰ ਬਹੁ ਕਹਿਣ ਲੱਗਾ, ਉਹਦਾ ਸਕਾ ਸਾਂਢੂ ਪਰਸਰਾਮ ਦਾ ਮਾਸੜ ਲੱਗਦਾ ਸੀ, ਕਹਿਣ ਲੱਗਾ ਮੈਂ ਦੇਖਣਾ ਚਾਹੁੰਦਾ ਵੀ ਝੁੱਗੀ ਵਿੱਚ ਹੈ ਕੀ ਹੈ। ਨਾ ਇੱਥੇ ਪਾਣੀ ਦੀ ਲੋੜ ਪਈ ਹੈ, ਨਾ ਆਟੇ ਦੀ ਲੋੜ ਪਈ ਹੈ, ਨਾ ਕਦੇ ਅੱਗ ਬਲੀ ਹੈ, ਨਾ ਪੇੜੇ ਹੋਏ, ਨਾ ਰੋਟੀਆਂ ਬਣੀਆਂ, ਨਾ ਤਵਾ ਰੱਖਿਆ ਗਿਆ। ਇਹ ਹੈ ਕੀ ਹੈ? ਝੁੱਗੀ ਵਿੱਚ ਹਜ਼ਾਰਾਂ ਬੰਦੇ ਖਾ ਕੇ ਗਏ ਨੇ। ਉਹ ਕਹਿਣ ਲੱਗਾ, ਰਾਜਨ ਤੁਸੀਂ ਹੱਕਦਾਰ ਨਹੀਂ ਹੋ ਉਹਨੂੰ ਵੇਖਣ ਦੇ। ਉਹਨੇ ਕਿਹਾ, ਬੜੇ ਅਫਸੋਸ ਦੀ ਗੱਲ, ਮੇਰੇ ਹੀ ਇਲਾਕੇ ਵਿੱਚ ਰਹਿੰਦਾ ਹੋਵੇ ਆ ਦਵਾਨੀ ਦਾ ਬੰਦਾ ਅਤੇ ਮੇਰੇ ਅੱਗੇ ਹੀ ਆਕੜਦਾ। ਉਹਨੇ ਮਾਰੀ ਤਲਵਾਰ, ਜਮਦਗ ਰਿਸ਼ੀ ਦਾ ਸਿਰ ਵੱਢ ਦਿੱਤਾ। ਤਾਂ ਉਹਦੇ ਪੁੱਤਰ ਪਰਸਰਾਮ ਨੇ 21 ਵਾਰ ਖੱਤਰੀਆਂ ਦਾ ਨਾਸ਼ ਕੀਤਾ। ਅਤੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ, ਸਾਨੂੰ ਗੁਰੂ ਗ੍ਰੰਥ ਸਾਹਿਬ ਲੜ ਲਾਇਆ, ਸਾਨੂੰ ਬਾਣੀ ਦੇ ਲੜ ਲਾਇਆ। ਅਸੀਂ ਗਾਈਆਂ ਦੇ, ਮੱਝਾਂ ਦੇ, ਰੁੱਖਾਂ ਦੇ ਪੁਜਾਰੀ ਨਹੀਂ, ਅਸੀਂ ਕੇਵਲ ਨਿਰੰਕਾਰ ਦੇ ਪੁਜਾਰੀ ਹਾਂ। ਕਿਹੜਾ ਹੈ? ਸਤਨਾਮ, ਜਿਹਦਾ ਨਾਮ ਸਦਾ ਕਾਇਮ ਰਹਿੰਦਾ ਹੈ। ਵਾਹਿਗੁਰੂ ਕਿਤੇ ਜਾਂਦਾ ਆਉਂਦਾ ਨਹੀਂ, ਇੱਕ ਰਸ ਕਿਰਪਾ ਸਾਰੇ ਸੰਸਾਰ 'ਤੇ ਕਰੀ ਜਾ। ਕਰਤਾ ਪੁਰਖ, ਕਰਤਾ ਕਹਿੰਦੇ ਨੇ ਬਣਾਉਣ ਵਾਲਾ, ਤਰਲੋਕੀ ਨੇ ਬਣਾਉਣ ਵਾਲਾ, ਇੱਕ ਮੇਰਾ ਵਾਹਿਗੁਰੂ ਹੈ, ਹੋਰ ਕੋਈ ਨਹੀਂ ਬਣਾ ਸਕਦਾ। ਪੁਰਖ ਸੰਸਕ੍ਰਿਤ 'ਚ ਆਉਂਦਾ ਪੁਰਸ਼, ਅਤੇ ਪੁਰਸ਼ ਦੀ ਪਰਿਭਾਸ਼ਾ ਪੰਡਿਤ ਲੋਕਾਂ ਲਿਖੇ, ਪੂਰੀ ਛੇਤੇ ਇਤੀ ਪੁਰਸ਼ ਆਹਾ, ਉਹ ਮਹਾਨ ਸ਼ਕਤੀ ਜੋ ਸਾਰਿਆਂ ਵਿੱਚ ਇੱਕੋ ਜਿਹੀ ਬੈਠੀ ਹੋਈ ਹੈ, ਕਿਸੇ ਨਾਲ ਪਰਹੇਜ਼ ਨਹੀਂ ਕਰਦੀ, ਕਿਸੇ ਕੋਲ ਨਫ਼ਰਤ ਨਹੀਂ ਕਰਦੀ। ਦੇਖੋ ਨਾ ਸਾਡਾ ਉਪਦੇਸ਼ ਕਿੰਨਾ ਚੰਗਾ, ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਇਆ ਨਾ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ 'ਤੇ ਸਭ ਜਗ ਉਪਜਿਆ ਕੌਣ ਭਲੇ ਕੌ ਮੰਦੇ। ਮਾਨੁਸ ਕੀ ਜਾਤ ਦਸਵਾਂ ਜਾਮਾ, ਮਾਨੁਸ ਕੀ ਜਾਤ ਸਭ ਏਕ ਪਹਿਚਾਨ, ਕਿੱਡੀ ਕਮਾਲ ਦੀ ਬਾਣੀ ਹੈ ਸਾਡੇ ਕੋਲ। ਇਸ ਕਰਕੇ ਗੁਰੂ ਕੇ ਪਿਆਰਿਓ, ਗੁਰੂ ਨਾਨਕ ਬਾਬਾ ਜੀ ਨੇ ਆਖਿਆ, ਪੂਰੀ ਛੇਟੇ ਹੀ ਟੀ ਪੁਰਸ਼ਾ, ਜੋ ਸਾਰਿਆਂ ਨਾਲ ਇੱਕੋ ਜਿਹਾ ਪਿਆਰ ਕਰਦਾ, ਕਿਸੇ ਕੋਲੋਂ ਨਫ਼ਰਤ ਨਹੀਂ ਕਰਦਾ, ਕਾਲਾ ਹੋਵੇ, ਗੋਰਾ ਹੋਵੇ, ਅਮੀਰ ਹੋਵੇ, ਗਰੀਬ ਹੋਵੇ, ਮਧਰਾ ਹੋਵੇ, ਲੰਮਾ ਹੋਵੇ, ਮੋਟਾ ਹੋਵੇ, ਪਤਲਾ ਹੋਵੇ, ਨਿਰੰਕਾਰ ਸਾਰਿਆਂ ਨਾਲ ਇੱਕੋ ਜਿਹਾ ਪਿਆਰ ਕਰਦਾ। ਕਰਤਾ ਪੁਰਖ ਸਾਰੀ ਸਿੱਧ ਕਰਨਹਾਰ ਵੀ ਹੈ, ਪਰ ਸਾਰਿਆਂ ਨੇ ਇੱਕੋ ਜਿਹਾ ਪਿਆਰ ਕਰ। ਨਿਰਭਉ ਇੱਕੋ ਜਿਹਾ ਪਿਆਰ ਕਰਦਾ, ਪਰ ਹੁਣ ਸਾਡੇ ਵੀ ਲਾਈਨਾਂ ਚੱਲ ਪਈਆਂ ਨੇ, ਐਸੀਆਂ ਟਾਹਣੀਆਂ ਕਮਜ਼ੋਰ ਚੱਲੀਆਂ ਨੇ, ਉਹ ਤੁਹਾਡਾ ਬਣਾਇਆ ਹੋਇਆ ਪ੍ਰਸ਼ਾਦ ਨਹੀਂ ਖਾਂਦੇ। ਕਹਿੰਦੇ ਨੇ ਵੀ ਸਾਡੇ ਵਿਵੇਕੀ ਸਿੰਘ ਲੰਗਰ ਤਿਆਰ ਕਰਨਗੇ ਅਤੇ ਤਾਂ ਅਸੀਂ ਛਕਾਂਗੇ। ਮੈਂ ਉਹਨਾਂ ਦੀ ਬੋਲੀ ਸੁਣ ਕੇ ਬੜਾ ਹੈਰਾਨ ਹੁੰਦਾ, ਸੱਚੇ ਪਾਤਸ਼ਾਹ ਇਹਨਾਂ ਦੇ ਸਿੰਘ ਕਿਹੜੀ ਮਸ਼ੀਨ 'ਚੋਂ ਡਰਾਈ ਕਲੀਨ ਹੋ ਕੇ ਨਿਕਲੇ ਨੇ ਵੀ ਉਹਨਾਂ ਦਾ ਖਾਣਗੇ ਸਾਡਾ ਨਹੀਂ ਖਾਂਦੇ। ਐਸੀ ਤਾਂ ਮਸ਼ੀਨ ਕੋਈ ਨਹੀਂ ਕਿ ਬੰਦਾ ਡਰਾਈ ਕਲੀਨ ਹੋ ਜਾਵੇ, ਇਹਦਾ ਖੂਨ ਸਫੇਦ ਹੋ ਜਾਵੇ, ਐਸੀ ਕੋਈ ਹਿਕਮਤ ਤਾਂ ਨਿਕਲੀ ਨਹੀਂ। ਜੋ ਚੀਜ਼ ਖਾਂਦੇ ਹਾਂ ਲਹੂ ਬਣਦੀ ਹੈ, ਲਾਲ ਹੀ ਬਣੀ ਜਾਂਦੀ ਹੈ, ਚਿੱਟੀ ਤਾਂ ਕਦੇ ਨਹੀਂ ਬਣੀ। ਉਹ ਕਹਿੰਦੇ ਨੇ ਸਾਡੇ ਵਿਵੇਕੀ ਸਿੰਘ ਲੰਗਰ ਬਣਾਉਣਗੇ ਤਾਂ ਅਸੀਂ ਛਕਾਂਗੇ। ਐਸਾ ਬਾਹਮਣ ਬਾਦ ਆ ਕੇ ਭਰ ਗਿਆ ਜਿਹੜਾ ਹੁਣ ਕੱਢਣਾ ਬਹੁਤ ਹੀ ਔਖਾ ਹੋ ਰਿਹਾ। ਗੁਰੂ ਕੇ ਸਿੱਖਾਂ ਨੂੰ ਗੁਰੂ ਦੇ ਹੁਕਮ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ ਹੋਏਗਾ। ਕਰਤਾ ਪੁਰਖ ਸਾਰਿਆਂ ਨੇ ਇੱਕੋ ਜਿਹਾ ਪਿਆਰ ਕਰਦਾ,
ਸਭ ਸਿੱਧੀ ਦਾ ਕਰਤਾ ਹੈ, ਮੰਦਾ ਕਿਹੜਾ ਚੰਗਾ ਕਿਹੜਾ, ਇਹ ਤਾਂ ਨਿਰੰਕਾਰ ਨੇ ਬਣਾਇਆ। ਜੇ ਨਿਰੰਕਾਰ ਨੇ ਬਣਾਇਆ ਉਹਨੇ ਚੰਗਾ ਮੰਦਾ ਕੁਝ ਨਹੀਂ ਬਣਾਇਆ, ਸਾਰੇ ਇੱਕੋ ਜਿਹਾ ਹੀ ਬਣਾਏ ਆ। ਨਿਰਭਉ ਪ੍ਰਭੂ ਕਿਸੇ ਕੋਲ ਡਰਦਾ ਨਹੀਂ, ਨਿਡਰ ਹੈ ਕਿ ਉਹ ਡਰੇ ਤਾਂ ਫਿਰ ਉਹਨੂੰ ਡਰਾਉਣ ਵਾਲਾ ਕਿਹੜਾ ਹੋਵੇ, ਉਹ ਤਾਂ ਆਪ ਨਿਡਰ ਹੈ, ਕਿਸੇ ਦੀ ਪਰਵਾਹ ਹੀ ਨਹੀਂ ਕਰਦਾ। ਨਿਰਵੈਰ ਕਮਾਲ ਦੀ ਗੱਲ ਇਹ ਹੈ ਵੀ ਉਹ ਨਿਰਵੈਰ ਹੈ, ਕਿਸੇ ਨਾਲ ਵੈਰ ਵੀ ਨਹੀਂ ਕਰਦਾ। ਕੋਈ ਬੰਦਗੀ ਕਰੇ ਨਾ ਕਰੇ, ਕੋਈ ਗੁਰਦੁਆਰੇ ਜਾਵੇ ਨਾ ਜਾਵੇ, ਇਹ ਕਿੱਡਾ ਬੇਅੰਤ ਹੈ। ਸਵੇਰੇ ਉੱਠਿਆ ਉਹਨੂੰ ਕਹਿੰਦਾ ਲੈ ਫਿਰ ਤੁਹਾਨੂੰ ਬਿਸਤਰੇ 'ਤੇ ਚਾਹ ਚਾਹੀਦੀ ਹੈ। ਅੱਜ ਕੱਲ੍ਹ ਬੜਾ ਰਿਵਾਜ਼ ਹੈ, ਨੌਕਰ ਨੂੰ ਕਹਿ ਸਕਦੇ ਮੁੰਡੂ ਬੈੱਡ ਟੀ ਹੋਣੀ ਚਾਹੀਦੀ ਹੈ, ਤੇਰਾ ਸਤਿਆ ਨਾਸ ਬੈੱਡ ਟੀ, ਅਰੇ ਤੂੰ ਚੁਲੀ ਨਹੀਂ ਕੀਤੀ, ਦਾਤਨ ਨਹੀਂ ਕੀਤੀ, ਆ ਕਮਲਿਆ ਦੁਨੀਆ ਭਰ ਦਾ ਗੰਦ ਤੇਰੇ ਮੂੰਹ 'ਚ ਰਾਤ ਦਾ, ਉਹ ਚਾਹ ਦੇ ਨਾਲ ਹੀ ਸਾਰਾ ਅੰਦਰ ਜਾਂਦਾ। ਇਹ ਵੀ ਬੜਾ ਸਿਆਣਾ ਕਹਿੰਦਾ ਗੰਦ ਬਾਹਰ ਨਹੀਂ ਜਾਣਾ ਚਾਹੀਦਾ, ਅੰਦਰ ਹੀ ਆਉਣਾ ਚਾਹੀਦਾ। ਕਿੱਡਾ ਹਨੇਰੇ ਸਾਈਂ ਦਾ ਬੈੱਡ ਟੀ ਪੀਂਦਾ ਹੈ। ਇਸ ਕਰਕੇ ਤੂੰ ਬੰਦਗੀ ਕਰ ਭਾਵੇਂ ਨਾ ਕਰ। ਫਰੀਦ ਸਾਹਿਬ ਕਹਿੰਦੇ ਵੇਖ ਉਹ ਪ੍ਰਭੂ ਕਿੰਨਾ ਬੇਅੰਤ ਹੈ, ਉਹਨੂੰ ਚੇਤੇ ਕਰੇ ਨਾ ਕਰੇ, ਉਹਨੇ ਤਾਂ ਰੋਟੀ ਦੇਈ ਜਾਣੀ ਹੈ, ਦੇਈ ਜਾਣੀ ਹੈ, ਦਿੰਦਾ ਹੈ, ਸਾਰਿਆਂ ਨੂੰ ਦਿੰਦਾ ਹੈ। ਇਸ ਕਰਕੇ ਨਿਰਵੈਰ ਹੈ, ਕਿਸੇ ਨਾਲ ਵੈਰ ਨਹੀਂ ਕਰਨ। ਅਕਾਲ ਮੂਰਤ ਕੁਰਾਨੇ ਪਾਕ ਪੜ੍ਹੀਏ ਨਾ ਅਰਬੀ ਭਾਸ਼ਾ 'ਚ, ਉਹਦੇ ਵਿੱਚ ਇੱਕ ਅੱਖਰ ਆਉਂਦਾ ਲਾਮ ਅਲਫਲਾ, ਜਿੱਥੇ ਵੀ ਲੱਗ ਜਾਏਗਾ ਜਿਹੜੇ ਅੱਖਰ ਦੇ ਨਾਲ ਉਹਦੇ ਅਰਥ ਨੈਗੇਟਿਵ ਬਣ ਜਾਣਗੇ। ਇਸੇ ਤਰ੍ਹਾਂ ਗੁਰਮਤ ਵਿੱਚ, ਗੁਰਬਾਣੀ ਵਿੱਚ, ਸੰਸਕ੍ਰਿਤ ਦੀ ਗ੍ਰਾਮਰ ਵਿੱਚ ਜਦੋਂ ਵੀ ਪਹਿਲੇ ਆ ਗਿਆ ਉਹਦੇ ਅਰਥ ਨੈਗੇਟਿਵ ਹੋ ਜਾਣਗੇ। ਅਕਾਲ ਕਾਲ ਤੋਂ ਰਹਿਤ, ਜਿਹਨੂੰ ਮੌਤ ਨਹੀਂ ਆਉਂਦੀ ਉਹ ਅਕਾਲ ਪੁਰਖ ਹੋਏ, ਤਾਂ ਮਰਦਾ ਹੀ ਨਹੀਂ ਕਦੇ, ਕਿਤੇ ਜਾਂਦਾ ਆਉਂਦਾ ਨਹੀਂ। ਮੂਰਤ ਮੂਰਤ ਕਹਿੰਦੇ ਸਰੂਪ ਨੂੰ, ਜੇ ਕਦੇ ਤੱਤੇ ਥੱਲੇ ਔਂਕਣ ਲੱਗ ਜਾਏ ਤਾਂ ਮਹੂਰਤ ਬਣ ਜਾਏਗਾ ਸਮਾਂ। ਤੱਤੇ ਨੂੰ ਸਿਆਰੀ ਲੱਗਣ ਕਰਕੇ ਇਹਦਾ ਅਰਥ ਹੈ ਖੂਬਸੂਰਤੀ, ਉਹਦਾ ਸੁਹੱਪਣ। ਅਕਾਲ ਮੂਰਤ ਜਿਹੜੀ ਮੂਰਤੀ ਬੜੀ ਸੁਹੱਪਣ ਵਾਲੀ ਹੈ, ਉਹਦੇ ਵਰਗਾ ਹੋਰ ਕੋਈ ਨਹੀਂ ਹੈ। ਅਜੂਨੀ ਫਿਰ ਐੜਾ ਲੱਗੇ ਆ ਜੂਨੀ ਨਹੀਂ, ਆਪਾਂ ਹੀ ਪਾਠ ਕਰਦੇ ਵੇਖ ਲਿਆ ਕਰੋ, ਆ ਜੂਨੀ ਅਤੇ ਆ ਜੂਨੀਆਂ 'ਚ ਪੈ ਤੂੰ ਵੀ, ਅਸੀਂ ਤਾਂ ਪਿਆ ਤੂੰ ਵੀ ਪੈ ਜਾ, ਪਾਠ ਕਰਨ ਦਾ ਪਤਾ ਹੀ ਨਹੀਂ। ਅਜੂਨੀ ਐੜੇ ਨੂੰ ਜੱਜਣ ਜੋੜ ਕੇ ਪੜ੍ਹਨਾ, ਲੰਮਾ ਨਹੀਂ ਕਰਨਾ। ਅਜੂਨੀ ਮੇਰਾ ਨਿਰੰਕਾਰ 84 ਲੱਖ ਜੂਨ ਦੇ ਚੱਕਰ ਵਿੱਚ ਨਹੀਂ ਪੈਂਦਾ। ਅਜੂਨੀ ਸੈਭੰ ਸੰਸਕ੍ਰਿਤ ਅੱਖਰ ਹੈ ਸਵੈਭੂ, ਆਪਣੇ ਆਪ, ਜਿਹੜਾ ਪ੍ਰਕਾਸ਼ ਆਪਣੇ ਆਪ ਤੋਂ ਹੋਵੇ, ਜਿਹਨੂੰ ਪ੍ਰਕਾਸ਼ ਕੋਈ ਨਾ ਦੇਵੇ ਉਹਨੂੰ ਕਹਿੰਦੇ ਸੈਭੰ, ਜਿਹੜਾ ਪ੍ਰਕਾਸ਼ ਆਪਣੇ ਆਪ ਤੋਂ ਨਾ ਹੋਵੇ। ਬ੍ਰਾਹਮਣਾਂ ਨੇ ਸਵਾਲ ਕੀਤਾ ਮੁਨੀਵਰ ਨੂੰ, ਮਹਾਂਪ੍ਰਭੂ ਈਸ਼ਵਰ ਕਾ ਕੋਈ ਮਾਡਲ ਦਿਖਾਈਏ, ਕੋਈ ਨਮੂਨਾ ਤਾਂ ਦਿਖਾਓ, ਕਿਹਦੀ ਬੰਦਗੀ ਕਰੀਏ, ਕੋਈ ਨਮੂਨਾ ਹੋਣਾ ਚਾਹੀਦਾ। ਮਹਾਂਪੁਰਸ਼ ਬੜੇ ਸਿਆਣੇ ਸਨ, ਉਹਨਾਂ ਨੇ ਅਥਰਵੇਦ ਦਾ 32ਵਾਂ ਅਧਿਆਇ ਅਤੇ 3ਰੇ ਮੰਤਰ ਵਿੱਚ ਜ਼ਿਕਰ ਕੀਤਾ, ਨਾ ਤਸ ਪ੍ਰਤਿਮਾ ਅਸਤੀ ਯਸ ਨਾਮਾ ਮਹਾਦਸ਼, ਹੈ ਬ੍ਰਾਹਮਣ ਜਾਣੋ ਉਸ ਨਿਰੰਕਾਰ ਦੀ ਮੂਰਤੀ ਬਣ ਹੀ ਨਹੀਂ ਸਕਦੀ, ਉਹਦਾ ਨਾਮ ਹੀ ਸਾਰਿਆਂ ਤੋਂ ਮਹਾਨ ਹੈ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਗੁਰਬਾਣੀ ਦੀ ਫਾਈਨਲ ਡਿਸੀਜਨ ਇਨ ਦੀ ਵਰਲਡ, ਧਿਆਨ ਰੱਖਣਾ, ਇਹ ਤੋਂ ਅੱਗੇ ਹੋਰ ਕੁਝ ਨਹੀਂ ਹੈਗਾ, ਕੋਈ ਵਿਚਾਰ ਨਹੀਂ ਹੋ ਸਕਦੀ, ਇਹ ਫਾਈਨਲ ਡਿਸੀਜਨ ਹੈ। ਕੋਈ ਮਤ ਆਪਣਾ ਪੇਸ਼ ਨਹੀਂ ਕਰ ਸਕਦਾ, ਜੋ ਗੁਰੂ ਨੇ ਆਖਿਆ ਉਹ ਗੱਲ ਤੁਹਾਨੂੰ ਮੰਨਣੀ ਪਵੇਗੀ, ਜੇ ਨਹੀਂ ਮੰਨੇਗਾ ਤਾਂ ਫਿਰ ਜਮਾਂ ਦੀ ਮਾਰ ਡੰਡੇ 'ਤੇ ਸਹਿਣੇ ਹੀ ਪੈਣਗੇ। ਸੈਭੰ ਉਹ ਜਿਹੜਾ ਨਾ ਉਹਦਾ ਸਰੂਪ ਆਪਣੇ ਆਪ ਤੋਂ ਹੈ, ਮਿਲੇਗਾ ਕਿਵੇਂ? ਗੁਰਪ੍ਰਸਾਦ, ਪ੍ਰਸਾਦ ਕਹਿੰਦੇ ਨੇ ਕਿਰਪਾ, ਜੇ ਗੁਰੂ ਕਿਰਪਾ ਕਰੇ ਤਾਂ ਇਹੋ ਜਿਹਾ ਪ੍ਰਭੂ ਮਿਲ ਜਾਂਦਾ ਹੈ, ਜਿਹਦਾ ਆਪ ਜੀ ਨੇ ਵਿਚਾਰ ਮੂਲ ਮੰਤਰ ਵਿੱਚ ਸੁਣਿਆ, ਅਤੇ ਮੂਲ ਮੰਤਰ ਗੁਰਪ੍ਰਸਾਦ ਤੱਕ ਹੀ ਹੈ, ਸਾਰਾ ਗੁਰੂ ਗ੍ਰੰਥ ਸਾਹਿਬ ਪੜ੍ਹੋ, 4 ਪ੍ਰਕਾਰ ਨਾਲ ਆਇਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ, ਇੱਕ ਓਅੰਕਾਰ ਸਤਨਾਮ ਕਰਤਾਪੁਰ ਗੁਰਪ੍ਰਸਾਦ, ਇੱਕ ਓਅੰਕਾਰ ਸਤਨਾਮ ਕਰਤਾਪੁਰ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। 4 ਕਿਸਮ ਦੇ ਅਲੰਕਾਰ ਦੇ ਨਾਲ
ਗੁਰੂ ਪ੍ਰਸਾਦ ਤੱਕ ਮੂਲ ਮੰਤਰ ਆਇਆ, ਇਸ ਕਰਕੇ ਹਿਦਾਇਤ ਹੈ। ਜਿੱਥੋਂ ਤੱਕ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਗਿਆ, ਅਸਾਂ ਉੱਥੋਂ ਤੱਕ ਹੀ ਮੂਲ ਮੰਤਰ ਪੜ੍ਹਨਾ, ਆਪਣੇ ਨਾਲ ਅੱਗੇ ਹੋਰ ਕੁਝ ਨਹੀਂ ਜੋੜ ਦੇਣਾ, ਵੀ ਕੋਈ ਅੱਖਰ ਹੋਰ ਜੋੜ ਦਈਏ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਾਹਿਦ ਬਾਣੀ ਹੈ, ਜਿਹ 'ਚ ਕੋਈ ਲੱਗ ਮਾਤਰ ਨਾ ਵੱਧ ਸਕਦੀ ਹੈ ਅਤੇ ਨਾ ਕਰ ਸਕਦੀ ਹੈ, ਇਹ ਪਾਬੰਦੀ ਹੈ। ਅਤੇ ਬਾਣੀ ਗੁਰੂ ਨਾਨਕ ਦੀ ਨਹੀਂ, ਨਾ ਪੰਚਮ ਪਾਤਸ਼ਾਹ ਦੀ ਹੈ, ਨਾ ਗੁਰੂ ਤੇਗ ਬਹਾਦਰ ਜੀ ਦੀ ਹੈ। ਸੱਚੇ ਪਾਤਸ਼ਾਹ ਨੇ ਆਪ ਜ਼ਿਕਰ ਕੀਤਾ ਕਿ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਗੁਰੂ ਦੀ ਕਿਰਪਾ ਨੂੰ ਉਹਦੀ ਪ੍ਰਾਪਤੀ ਹੋ ਸਕਦੀ ਹੈ। ਸਮਾਂ ਹੋ ਗਿਆ, ਜੋ ਵਿਚਾਰ ਨਿਰੰਕਾਰ ਨੇ ਮੈਨੂੰ ਬੁੱਧੀ ਬਖਸ਼ਿਸ਼ ਕੀਤੀ ਹੋਈ ਸੀ ਮੈਂ ਕੀਤੇ ਆ, ਉਹਨੇ ਕਰਵਾਏ ਆ, ਸਾਡੀ ਕੀ ਹਿੰਮਤ ਅਸੀਂ ਕਰ ਸਕੀਏ। ਗੁਰੂ ਕੇ ਬਚਨ ਇਹ ਨਾਲ ਲੈ ਜਾਣਾ, ਮੇਰੀ ਕਥਨੀ ਵਿੱਚ ਮਤਭੇਦ ਹੋ ਸਕਦਾ, ਉਹਦਾ ਪਰਿਤਿਆਗ ਕਰਕੇ ਗੁਰੂ ਗ੍ਰੰਥ ਸਾਹਿਬ 'ਤੇ ਅਟਲ ਵਿਸ਼ਵਾਸ ਕਰਨ। ਜਿਹੜੇ ਕਲਯੁਗ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 'ਤੇ ਪੂਰਨ ਵਿਸ਼ਵਾਸ ਕਰਨਗੇ, ਉਹਨਾਂ ਸਾਰੇ ਮਹਾਂਪੁਰਸ਼ਾਂ ਦੇ, ਇਹ ਲੋਕ ਸੁਖੀ ਹੈ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਗੁਰੂ ਮਿਹਰ ਕਰੇ, ਸਤਿਗੁਰ ਸੱਚੇ ਪਾਤਸ਼ਾਹ ਤੁਹਾਡੀ ਸੇਵਾ ਦੇ ਕਾਬਲ ਬਣਾਈ ਰੱਖੇ, ਹੋਰ ਭਾਵੇਂ ਕੋਈ ਦੇਵੇ ਅਤੇ ਭਾਵੇਂ ਨਾ ਦੇਵੇ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।